ਦਾਦੇ ਨੇ ਘਰ ਬਣਾਇਆ ਪੁੱਤ ਨੇ ਢਾਇਆ ਪੁੱਤ ਨੇ ਘਰ ਬਣਾਇਆ ਉਹਦੇ ਪੁੱਤਰ ਨੇ ਅਗੋਂ ਢਾਇਆ ਜਿਹੜਾ ਅਸੀਂ ਬਣਾਉਣਾ ਸਾਡੇ ਪੁੱਤ ਢੋਣਗੇ ਜਿਹੜੇ ਸਾਡੇ ਪੁੱਤਰ ਬਣਾਉਣਗੇ ਪੁੱਤਰੇ ਢੋਣਗੇ ਇਹ ਜਿਹੜੇ ਮਹਿਲ ਮਾੜੀਆਂ ਨੇ ਇਹ ਇੱਥੇ ਦੀਆਂ ਇੱਥੇ ਰਹਿ ਜਾਣੀਆਂ ਨੇ ਪਰ ਜਿਹੜੇ ਮਹਿਲ ਉਸਾਰਨ ਦੇ ਲਈ ਸਾਨੂੰ ਗੁਰੂ ਸਾਹਿਬ ਜੀ ਨੇ ਕਿਹਾ ਕਿ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਕਿ ਵਿਦਿਆ ਨੂੰ ਵਿਚਾਰਨਾ ਸਾਡੇ ਲਈ ਸ਼ਬਦ ਵਰਤਿਆ ਸਿੱਖ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਆਓ ਸਿੱਖ ਸਤਗੁਰ ਕੇ ਪਿਆਰਿਓ ਸਿੱਖੀ ਸਿੱਖਿਆ ਗੁਰ ਵਿਚਾਰ ਸਿੱਖ ਸ਼ਬਦ ਜਿਹੜਾ ਸਾਡੇ ਪਰਥਾਏ ਵਰਤਿਆ ਸਿੱਖ ਦਾ ਮਤਲਬ ਹੈ ਸਟੂਡੈਂਟ ਤੁਹਾਡੇ ਵਿੱਚ 14 ਸਾਲ ਦਾ ਬੱਚਾ ਵੀ ਬੈਠਾ ਵਿਦਿਆਰਥੀ ਵੀ ਬੈਠਾ ਤੇ ਤੁਹਾਡੇ ਵਿੱਚ 40 ਤੋਂ ਲੈ ਕੇ 70 ਸਾਲ ਦੇ ਸਿੱਖ ਵਿਦਿਆਰਥੀ ਵੀ ਬੈਠੇ ਨੇ ਜੇਕਰ ਸਿੱਖ ਸ਼ਬਦ ਸਾਡੇ ਲਈ ਨਾ ਹੁੰਦਾ ਤੇ ਸ਼ਾਇਦ ਅਸੀਂ ਅੱਜ 70 ਸਾਲ ਦੀ ਉਮਰ ਵਿੱਚ ਸਟੂਡੈਂਟ ਬਣ ਕੇ ਫਖਰ ਮਹਿਸੂਸ ਨਾ ਕਰਦੇ ਤੇ ਜਿੱਥੋਂ ਤੱਕ ਮੈਂ ਮਹਿਸੂਸ ਕਰਦੀ ਆਂ ਕਿ ਜੇਕਰ 14 ਸਾਲਾਂ ਦਾ ਜਿਹੜਾ ਵਿਦਿਆਰਥੀ ਉਹ ਸਿੱਖਣ ਲਈ ਬੈਠਦਾ ਤੇ ਜਿਹੜਾ 70 ਜਾਂ 40 ਸਾਲ ਦਾ ਉਹ ਆਪਣੇ ਆਪ ਨੂੰ ਹੋਰ ਗੌਰਵਮਈ ਮਹਿਸੂਸ ਕਰਦਾ ਕਿ ਸ਼ੁਕਰ ਹੈ ਕਿ ਮੈਂ ਇਸ ਉਮਰ ਵਿੱਚ ਇਹ ਚੀਜ਼ ਸਿੱਖਣ ਲੱਗਾ ਜਾਂ ਮੈਨੂੰ ਸਿਖਾਈ ਜਾ ਰਹੀ ਹੈ ਸਿੱਖ ਦਾ ਭਾਵ ਹੈ ਸਿੱਖਣਾ ਤੇ ਸਿੱਖ ਕੇ ਦੂਜਿਆਂ ਨੂੰ ਸਿਖਾਉਣਾ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸੋ ਪੁਨ ਗੁਰਸਿੱਖ ਕੋ ਇੱਕ ਸ਼ਬਦ ਸਿਖਾਏਗਾ ਜੇਕਰ ਅਸੀਂ ਸਤ ਮੰਦਰ ਸੋਨੇ ਦੇ ਉਸਾਰ ਕੇ ਉਹਨਾਂ ਨੂੰ ਦਾਨ ਕਰਕੇ ਕਹੀਏ ਕਿ ਅਸੀਂ ਬੜਾ ਵੱਡਾ ਦਾਨ ਕੀਤਾ ਗੁਰੂ ਸਪਾਈ ਗੁਰਦਾਸ ਜੀ ਕਹਿੰਦੇ ਨੇ ਉਹਦੇ ਤੋਂ ਚੰਗਾ ਹੈ ਕਿ ਇੱਕ ਸ਼ਬਦ ਤੂੰ ਕਿਸੇ ਨੂੰ ਸਿਖਾ ਦੇ ਭਾਵੇਂ ਕਿਸੇ ਨੂੰ ਪੜਨਾ ਸਿਖਾ ਦੇ ਤੈਨੂੰ ਉਹਨਾਂ ਜਿਹੜਾ ਪੁੰਨ ਹੈ ਉਹਦਾ ਮਿਲ ਜਾਵੇਗਾ ਪਰ ਗੁਰਸਿੱਖਾਂ ਦੇ ਲਈ ਜਿਹੜੀ ਸਭ ਤੋਂ ਵੱਡੀ ਯਹੂਦੀ ਕੌਮ ਦੀ ਮੈਂ ਗੱਲ ਕਰਾਂ ਕਿ ਯਹੂਦੀ ਕੌਮ ਲੱਖਾਂ ਸਾਲ ਗੁਲਾਮ ਰਹੀ ਹੈ ਜਦੋਂ ਉਹ ਆਜ਼ਾਦ ਹੋਏ ਤੇ ਉਹਨਾਂ ਦੇ ਜਿਹੜੇ ਪਤਵੰਤੇ ਸੱਜਣ ਸਨ ਉਹਨਾਂ ਨੇ ਕੁਝ ਪੈਸਾ ਜਿਹੜਾ ਹੈ ਇਕੱਠਾ ਕੀਤਾ ਤੇ ਕਹਿੰਦੇ ਨੇ ਕਿ ਆਪਣੇ ਯਹੋਵਾ ਉਹ ਆਪਣੇ ਅਕਾਲ ਪੁਰਖ ਨੂੰ ਯਹੋਵਾ ਸ਼ਰਤ ਦੇ ਨੇ ਕਹਿੰਦੇ ਕਿਉਂ ਨਾ ਅਸੀਂ ਯਹੋਵਾ ਦਾ ਇੱਕ ਮੰਦਰ ਬਣਾ ਲਈਏ ਤੇ ਜਿਹੜੇ ਸਿਆਣੇ ਸੱਜਣ ਸਨ ਯਹੂਦੀਆਂ ਦੇ ਉਹ ਕਹਿੰਦੇ ਕਿ ਜਿਹੜਾ ਐਡਾ ਵੱਡਾ ਹੈ ਅਪਰਮ ਅਪਾਲ ਯਹੋਵਾ ਹੈ ਜਿਹਦਾ ਜਿਹਦੇ ਬਾਰੇ ਅਸੀਂ ਵਰਣਨ ਨਹੀਂ ਕਰ ਸਕਦੇ ਜਿਹਦਾ ਅਸੀਂ ਘਰ ਨਹੀਂ ਬਣਾ ਸਕਦੇ ਇੰਨੇ ਇੱਕ ਪੈਸਿਆਂ ਨਾਲ ਉਹ ਐਡੇ ਵੱਡੇ ਅਕਾਲ ਪੁਰਖ ਦਾਸੀ ਘਰ ਕਿਵੇਂ ਬਣਾਵਾਂਗੇ ਤੁਸੀਂ ਇਹਦੇ ਲਈ ਇਸ ਮਾਇਆ ਦੇ ਨਾਲ ਆਪਣੀ ਕੌਮ ਦੇ ਲਈ ਇੱਕ ਸ਼ਾ ਕੇਂਦਰ ਬਣਾਓ ਇੱਕ ਵਿਦਿਆਪੀਠ ਪਣਾਓ ਇੱਕ ਯੂਨੀਵਰਸਿਟੀ ਕਾਇਮ ਕਰੋ ਜੇ ਦੇ ਵਿੱਚ ਯਹੂਦੀ ਕੌਮ ਪੜ ਸਕੇ ਤੇ ਪੜ ਕੇ ਅਗਾਹ ਜਿਹੜੀ ਸਾਡੀ ਕੌਮ ਹੈ ਉਹਦੇ ਵਿੱਚ ਸੂਝਮਾਨ ਜਿਹੜੇ ਪ੍ਰਤਿਭਾਸ਼ਾਲੀ ਵਿਦਵਾਨ ਜਾਂ ਸੱਜਣ ਨੇ ਉਹ ਪੈਦਾ ਹੋ ਸਕਣ ਸਾਡੀ ਕੌਮ ਇਸ ਪੱਖੋਂ ਪਛੜੀ ਰਹੀ ਹੈ ਕਿ ਅਸੀਂ ਵਿਦਿਆ ਵਾਲੇ ਪਾਸੇ ਜਿਹੜਾ ਹੈ ਉਹ ਧਿਆਨ ਜਿਹੜਾ ਹੈ ਉਹ ਨਹੀਂ ਦੇ ਸਕੇ ਜਿੰਨੀਆਂ ਵੀ ਕੌਮਾਂ ਨੇ ਉਹਨਾਂ ਦੇ ਵਿੱਚ ਜੇਕਰ ਉਹਨਾਂ ਦੇ ਜਿਹੜੇ ਪੜ੍ਹੇ ਲਿਖੇ ਵੀ ਦਿਮਾਨ ਜਾਂ ਪੜ੍ਹੇ ਲਿਖੇ ਸੂਝਵਾਨ ਸਾਇੰਸਦਾਨ ਹੋਣਗੇ ਉਹ ਆਪਣੀ ਕੌਮ ਦੇ ਬਾਰੇ ਸੋਚਣਗੇ ਕਿ ਅਸੀਂ ਕੌਮ ਨੂੰ ਪ੍ਰਗਤੀ ਵਾਲੇ ਪਾਸੇ ਕਿਵੇਂ ਲੈ ਕੇ ਜਾਣਾ ਹੈ ਅਸੀਂ ਸਿਰਫ ਗੁਰਦੁਆਰਿਆਂ ਦੀਆਂ ਇਮਾਰਤਾਂ ਬਣਾਉਣ ਦੇ ਲਈ ਇੱਟਾਂ ਲਾ ਕੇ ਪੱਥਰ ਲਾਉਣ ਦੇ ਵਿੱਚ ਪਾ ਪੱਥਰ ਲਾ ਕੇ ਹੋਰ ਕੋਈ ਵੱਡੀਆਂ ਪੱਥਰ ਲਾਉਣ ਦੇ ਵਿੱਚ ਜਾਂ ਸ਼ੀਸ਼ੇ ਦੀਆਂ ਇਮਾਰਤਾਂ ਖੜੀਆਂ ਕਰਨ ਦੇ ਤੱਕ ਸੀਮਤ ਰਹਿ ਗਏ ਆ ਅੱਜ ਜੇਕਰ ਸਾਡੀ ਕੌਮ ਦੇ ਵਾਰਸ ਸਾਨੂੰ ਇਹ ਗੱਲ ਪੁੱਛਣਗੇ ਕਿ ਦਿਖਾਓ ਚਮਕੌਰ ਦੀ ਗੜੀ ਕਿੱਥੇ ਹੈ ਜਿੱਥੇ ਗੁਰੂ ਸਾਹਿਬ ਜੀ ਦੇ ਸਹਬਜ਼ਾਦਿਆਂ ਨੇ ਜੰਗ ਕੀਤੀ ਸੀ ਜਿਸ ਗੜੀ ਦੇ ਵਿੱਚ ਗੁਰੂ ਸਾਹਿਬ ਜੀ ਰੁਕੇ ਸਨ ਮਾਸ਼ੀਵੜੇ ਦਾ ਉਹ ਸਥਾਨ ਕਿੱਥੇ ਹੈ ਜਿੱਥੇ ਗੁਰੂ ਸਾਹਿਬ ਜੀ ਟਿੰਡ ਦਾ ਸਰਹਾਰਾਣਾ ਲੈ ਕੇ ਸੁੱਤੇ ਸਨ ਉਹ ਸਥਾਨ ਕਿੱਥੇ ਆ ਜਿੱਥੇ ਸਹਬਜ਼ਾਦਿਆਂ ਦਾ ਸੰਸਕਾਰ ਕੀਤਾ ਗਿਆ ਤੇ ਸ਼ੀਸ਼ੇ ਦੇ ਵੱਡੇ ਵੱਡੇ ਗੁਰਦੁਆਰੇ ਸਾਨੂੰ ਦਿਖਾਈ ਦੇਣਗੇ ਵਿਰਾਸਤ ਅਸੀਂ ਕੋਈ ਸੰਭਾਲੀ ਨਹੀਂ ਅਸੀਂ ਬਾਬਿਆਂ ਦੇ ਜਿਹੜੇ ਘਰ ਨੇ ਉਹ ਆਪਣੇ ਦਸਵੰਦ ਦੇ ਨਾਲ ਭਰ ਦਿੱਤੇ ਨੇ ਜਿਹੜੇ ਸਾਈਕਲਾਂ ਤੇ ਸਵਾਰੀ ਕਰਦੇ ਨੇ ਉਹ ਕਰੋੜ ਕਰੋੜ ਦੀਆਂ ਗੱਡੀਆਂ ਤੇ ਸਵਾਰ ਅਸੀਂ ਕਰ ਦਿੱਤੇ ਨੇ ਪਰ ਉਹ ਜਿਹੜੇ ਕਰੋੜਾਂ ਰੁਪਈਆ ਸੀ ਉਹਨਾਂ ਬਾਬਿਆਂ ਦੇ ਡੇਰਿਆਂ ਦੇ ਉੱਤੇ ਛਾੜ ਦਿੱਤੇ ਉਹਨਾਂ ਕਰੋੜਾਂ ਦੇ ਵਿੱਚੋਂ ਅਸੀਂ ਕਿੰਨੇ ਸਿੱਖਾਂ ਨੂੰ ਪੜਾਇਆ ਕਿੰਨੇ ਸਿੱਖ ਨੌਜਵਾਨਾਂ ਨੂੰ ਅੱਜ ਸਿੱਖੀ ਨੌਜਵਾਨ ਸਾਡੇ ਬੱਚੇ ਬੱਚੀਆਂ ਰੁਜ਼ਗਾਰ ਦੇ ਲਈ ਥਾਂ-ਥਾਂ ਤੇ ਭਟਕਦੇ ਫਿਰਦੇ ਨੇ ਕਿੰਨੇ ਸਾਡੇ ਕੋਲ ਰੁਜ਼ਗਾਰ ਦੇ ਸਾਧਨ ਅਸੀਂ ਪੈਦਾ ਕੀਤੇ ਰ ਅਰਬਾਪਤੀ ਸਾਡੀ ਕੌਮ ਦੇ ਵਿੱਚੋਂ ਪੈਦਾ ਹੋਏ ਨੇ ਉਹਨਾਂ ਵਿੱਚੋਂ ਕਿੰਨਿਆਂ ਨੇ ਸਿੱਖਾਂ ਦੇ ਲਈ ਰੁਜ਼ਗਾਰ ਦੇ ਸਾਧਨ ਪੈਦਾ ਕਰਕੇ 10 ਇੱਕ ਨੌਜਵਾਨ ਤੋਂ ਲੈ ਕੇ 10 ਨੌਜਵਾਨਾਂ ਨੂੰ ਖਿਲਾ ਰਿਹਾ ਹੈ ਕਿ ਭਾਈ ਤੁਹਾਡੀ ਰੋਜੀ ਰੋਟੀ ਮੈਂ ਲਾ ਦਿੱਤੀ ਹੈ ਗੁਰੂ ਸਾਹਿਬ ਨੇ ਜੋ ਕੰਮ ਕੀਤੇ ਸਨ ਅੱਜ ਤੋਂ 550 ਸਾਲ ਪਹਿਲਾਂ ਅਸੀਂ ਬੜੀ ਤਰੱਕੀ ਕਰ ਚੁੱਕੇ ਹਾਂ ਅਸੀਂ ਕਹਿੰਦੇ ਹਾਂ ਅਸੀਂ ਸਾਇੰਸ ਯੁੱਗ ਵਿੱਚ ਜੀਵਨ ਬਤੀਤ ਕਰ ਰਹੇ ਹਾਂ ਪਰ ਮਾਫ ਕਰਨਾ ਜਿਹੜੀਆਂ ਸਾਡੀਆਂ ਵਿਚਾਰਧਾਰਾ ਨੇ ਉਹ ਆਦੀ ਮਾਨਵ ਵਾਲੀਆਂ ਨੇ ਜੋ ਜੰਗਲਾਂ ਦੇ ਵਿੱਚ ਰਹਿੰਦਾ ਸੀ ਸਾਡੀ ਵਿਚਾਰਧਾਰਾ ਦੇ ਵਿੱਚ ਕੋਈ ਚੇਂਜ ਨਹੀਂ ਆਈ ਅਸੀਂ ਉੱਥੇ ਦੇ ਉੱਥੇ ਖੜੇ ਹਾਂ ਸਾਡੇ ਕੱਪੜੇ ਅੱਗੇ ਆ ਚੁੱਕੇ ਨੇ ਸਾਡਾ ਰਹਿਣ ਸਨ ਅਮੀਰਾਂ ਵਾਲਾ ਹੋ ਚੁੱਕਿਆ ਪਰ ਜਿਹੜਾ ਸਾਡਾ ਧਰਮੀ ਵਿਚਾਰ ਸੀ ਉਹ ਆਦੀਮਾਨ ਵਾਲਾ ਜੋ ਜੰਗਲਾਂ ਦੇ ਵਿੱਚ ਰਹਿੰਦਾ ਹੋਇਆ ਰੱਬ ਦਾ ਖੌਫ ਕਰਦਾ ਸੀ ਅਸੀਂ ਗੁਰਦੁਆਰੇ ਤਾਂ ਜ਼ਰੂਰ ਜਾਂਦੇ ਆ ਪਰ ਗੁਰਦੁਆਰੇ ਜਾਏ ਸੋਜੀ ਪਾਇ ਸੀ ਅਸੀਂ ਸੋਜੀ ਕੋਈ ਨਹੀਂ ਲੈ ਰਹੇ ਅੱਜ ਅਸੀਂ ਇਹ ਗੱਲ ਕਹਿੰਦੇ ਆ ਕਿ ਸਾਡੇ ਬੱਚੇ ਕਿਹੜੇ ਪਾਸੇ ਜਾ ਰਹੇ ਨੇ ਸਾਡੇ ਜਿਹੜੇ ਬੱਚੇ ਨੇ ਉਹਦੇ ਲਈ ਅਸੀਂ ਆਪ ਜ਼ਿੰਮੇਵਾਰ ਆ ਕਿ ਜੇਰੇ ਸਾਡੀ ਕਮਾਈ ਘਾਲ ਕਮਾਈ ਹੈ ਕੁਝ ਤਾਂ ਉਹ ਉਹ ਜੀ ਹੋ ਗਈ ਹੈ ਤੇ ਕੁਝ ਸਾਡੇ ਕੋਲ ਸਮਾਂ ਨਹੀਂ ਇਸ ਜੀਵਨ ਦੇ ਵਿੱਚ ਤਿੰਨ ਜਿਹੜੀਆਂ ਅਵਸਥਾ ਨੇ ਬਚਪਨ ਬਚਪਨ ਜਿਹੜਾ ਸੀ ਅਸੀਂ ਆਪਣੇ ਬੱਚਿਆਂ ਦਾ ਮਾਰ ਦਿੱਤਾ 99% ਮਾਰਕਸ ਆਏ ਨੇ ਮਾਪੇ ਵੱਲੋਂ ਥੱਪੜ ਵੱਜਦੇ ਨੇ ਕਿ 100% ਕਿਉਂ ਨਹੀਂ ਆਏ ਕਨਵੈਂਟ ਸਕੂਲਾਂ ਦੇ ਵਿੱਚ ਅਸੀਂ ਆਪਣੇ ਬੱਚਿਆਂ ਦਾ ਬਚਪਨ ਉਹ ਬਚਪਨ ਜੋ ਗਲੀਆਂ ਮਜਾਰਾਂ ਜਾਂ ਆਂਡ ਗਵਣ ਦੇ ਬੱਚਿਆਂ ਦੇ ਵਿੱਚ ਖੇਡਦਾ ਹੋਇਆ ਪਲਪਦਾ ਸੀ ਵੱਡਾ ਹੁੰਦਾ ਸੀ ਉਹ ਅਸੀਂ ਸਕੂਲ ਦੇ ਕਿਤਾਬਾਂ ਦੇ ਬੈਗਾਂ ਦੇ ਨਾਲ ਭਾਰਾ ਕਰ ਛੱਡਿਆ ਜੋ ਉਪਜਦੇ ਨੇ ਉਹ ਇੱਕ ਮਿਡਲ ਜਾਂ ਨੀਵੇਂ ਸਕੂਲਾਂ ਦੇ ਵਿੱਚੋਂ ਵੀ ਉਪ ਉਪੁੱਜ ਕੇ ਵੱਡੇ ਪੱਧਰ ਤੱਕ ਪਹੁੰਚ ਜਾਂਦੇ ਨੇ ਸਾਡੇ ਪ੍ਰਾਈਮ ਮਿਨਿਸਟਰ ਨੇ ਇੱਕ ਸਰਕਾਰੀ ਸਕੂਲ ਤੋਂ ਪਰੇ ਨੇ ਅੱਜ ਅਰਥ ਸ਼ਾਸਤਰਾਂ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ ਹੈ ਹੋਰ ਵੀ ਕਈ ਇਹੋ ਜਿਹੇ ਆਲੂ ਵਾਲੀਆ ਦਾ ਨਾਮ ਆਉਂਦਾ ਹੈ ਕਈ ਇਹੋ ਜਿਹੇ ਵੱਡੀਆਂ ਪੋਸਟਾਂ ਤੇ ਬੰਦੇ ਨੇ ਜਿਹੜੇ ਆਮ ਸਕੂਲਾਂ ਜਿੱਨੇ ਪੜ੍ਹਨਾ ਉਹਨੇ ਆਪਣੇ ਆਪ ਪੜ ਜਾਣਾ ਜਿਹੜੀ ਸਾਡੀ ਜਵਾਨੀ ਹੈ ਉਹ ਸਾਡੀ ਐਸ਼ ਤੇ ਵਿੱਚ ਜਿਹੜੀ ਲੰਘ ਗਈ ਹੈ ਜਿਹੜਾ ਸਾਡਾ ਬੁਟਾਪਾ ਹੈ ਸਭ ਤੋਂ ਵੱਧ ਉਹ ਰੂਲਦਾ ਪਿਆ ਇੱਕ ਮਾਤਾ ਪਿਤਾ ਜਿਹੜਾ ਦਸਵੰਦ ਹੈ ਉਹ ਕੱਲੇ ਪੈਸੇ ਦਾ ਨਹੀਂ ਕਿ ਅਸੀਂ ਪੈਸੇ ਦਾ ਕੱਢਣਾ ਹੈ ਇੱਕ ਦਸਵੰਦ ਸਾਡੇ ਸਾਡੇ ਫਰਜ਼ਾਂ ਦਾ ਇੱਕ ਮਾਤਾ ਪਿਤਾ ਇੱਕ ਬੱਚੇ ਤੋਂ ਲੈ ਕੇ 6 ਬੱਚਿਆਂ ਤੱਕ ਨੂੰ ਪਰਵਰਿਸ਼ ਕਰਦੇ ਨੇ ਆਪਣੀ ਸਾਰੀ ਉਮਰ ਮਾਂ ਜਿਹੜੀ ਹੈ ਸਭ ਤੋਂ ਅਖੀਰ ਤੇ ਪ੍ਰਸ਼ਾਦਾ ਸਕਦੀ ਹੈ ਕਿ ਮੇਰਾ ਪਤੀ ਜਿਹੜਾ ਪ੍ਰਸ਼ਾਦਾ ਸ਼ੱਕ ਲਵੇ ਮੇਰੇ ਬੱਚੇ ਸ਼ੱਕ ਲੈ ਬਾਕੀ ਜੋ ਬਚ ਜਾਂਦਾ ਉਹਦੇ ਨਾਲ ਮਾਂ ਆਪਣਾ ਪੇਟ ਪਾਲਦੀ ਹੈ ਪਰੰਤੂ ਜਦੋਂ ਮਾਂ-ਬਾਪ ਨੂੰ ਸਾਹਮਣ ਦਾ ਸਮਾਂ ਆਉਂਦਾ ਤੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਪਹਿਲੀ ਤੇ ਗੱਲ ਉਹ ਵੰਡੀਆਂ ਪਾ ਦਿੰਦੀ ਹੈ ਕਿ ਮਾਂ ਤੂੰ ਸੰਭਲਾ ਤੇ ਪਿਓ ਮੈਂ ਸੰਭਲਾਂ ਜੋ ਦੋਵੇਂ ਜੀ ساری ਉਮਰ ਇਕੱਠੇ ਰਹੇ ਨੇ ਜੋ ਇੱਕ ਜੋਤ ਦੋਏ ਮੂਰਤੀ ਹੋ ਕੇ ਵਿਚਰੇ ਨੇ ਉਹਨਾਂ ਨੂੰ ਅਸੀਂ ਵੱਖ ਕਰ ਦਿੱਤਾ ਦੂਜੀ ਗੱਲ ਕਿ ਅਸੀਂ 6 ਬੱਚੇ ਰਲ ਕੇ ਆਪਣੇ ਮਾਪੇ ਕਾਨੂੰਨੀ ਸੰਭਾਲ ਸਕਦੇ ਸਾਡੇ ਤੇ ਬੋਝ ਲੱਗਦੇ ਨੇ ਕਿਉਂਕਿ ਸਹਿਸ ਖਟੇ ਲੱਖ ਕੋ ਉਠਤਾ ਵੈ ਅਸੀਂ ਹਜ਼ਾਰਾਂ ਰੁਪਈਆ ਜੋੜਨ ਵਾਲੇ ਪਾਸੇ ਲੱਗੇ ਹੋਏ ਆ ਇੱਕ ਜਿਹੜੀ ਮਾਤਾ ਪੰਜਾਬ ਦੀ ਅਜੀਤ ਅਖਬਾਰ ਦੇ ਵਿੱਚ ਇੱਕ ਖਬਰ ਲੱਗੀ ਇੱਕ ਇੱਕ ਮਾਤਾ ਪਿਤਾ ਨੂੰ ਉਹਦੇ ਨੌਜਵਾਨ ਨੌ ਨੇ ਤੇ ਪੁੱਤਰ ਨੇ ਘਰ ਤੋਂ ਬਾਹਰ ਕੱਢ ਦਿੱਤਾ ਜਿਹੜਾ ਪਿਓ ਸੀ ਸ਼ਰਮ ਦੇ ਮਾਰੇ ਨੇ ਨੇੜੇ ਵਿੱਚ ਛਾਲ ਮਾਰ ਕੇ ਆਪਣੀ ਜਾਨ ਗਵਾ ਦਿੱਤੀ ਤੇ ਜਿਹੜੀ ਮਾਤਾ ਹੈ ਆਪਣੀ ਧੀ ਦੇ ਕੋਲ 60-65 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ 2-3 ਦਿਨ ਦੇ ਵਿੱਚ ਆਪਣੀ ਧੀ ਕੋਲ ਪਹੁੰਚਦੀ ਹੈ ਕਿਰਾਏ ਜੋਗੇ ਉਹਦੇ ਕੋਲ ਪੈਸੇ ਨਹੀਂ ਪੈਦਲ ਜਾਂਦੀ ਹੈ ਕਿਵੇਂ ਉਹ ਵਿਚਾਰੀ ਉੱਥੇ ਪਹੁੰਚੀ 2-4 ਦਿਨ ਧੀ ਕੋਲ ਰਹਿੰਦੀ ਹੈ ਤੇ ਪਤਾ ਲੱਗ ਜਾਂਦਾ ਕਿ ਮੇਰੇ ਪੁੱਤਰ ਦਾ ਐਕਸੀਡੈਂਟ ਹੋ ਗਿਆ ਤੇ ਐਕਸੀਡੈਂਟ ਦੇ ਵਿੱਚ ਉਹਦੀਆਂ ਦੋਵੇਂ ਅੱਖਾਂ ਨਹੀਂ ਹੋ ਗਈਆਂ ਨੇ ਕਿਸੇ ਤਰੀਕੇ ਹਸਪਤਾਲ ਪਹੁੰਚਦੀ ਹੈ ਤੇ ਪੁੱਛਦੀ ਹੈ ਡਾਕਟਰ ਨੂੰ ਕਿ ਕਿਵੇਂ ਹੱਲ ਹੋ ਸਕਦਾ ਉਹ ਕਹਿੰਦਾ ਜੇਕਰ ਕੋਈ ਆਪਣੀਆਂ ਅੱਖਾਂ দান ਕਰ ਦੇਵੇ ਤੇ ਉਹਦੇ ਉਹਦੀਆਂ ਅੱਖਾਂ ਪਾ ਕੇ ਦੀ ਜੋਤ ਵਾਪਸ ਆ ਸਕਦੀ ਹੈ ਮਾਤਾ ਕਹਿੰਦੀ ਹੈ ਕਿ ਕਿਸੇ ਨੂੰ ਦੱਸਣਾ ਨਹੀਂ ਇਹਨੂੰ ਵੀ ਨਹੀਂ ਦੱਸਣਾ ਤੇ ਮੇਰਾ ਆਪਰੇਸ਼ਨ ਕਰ ਮੇਰੀਆਂ ਅੱਖਾਂ ਕੱਢ ਕੇ ਮੇਰੇ ਪੁੱਤਰ ਨੂੰ ਪਾ ਦੇ ਮਾਂ ਜਿਹੜੀ ਇਹ ਅੱਖਾਂ ਦੇ ਦਿੰਦੀ ਹੈ ਪੁੱਤਰ ਦੀ ਅੱਖਾਂ ਦੀ ਜੋਤ ਆ ਜਾਂਦੀ ਹੈ ਆਪਰੇਸ਼ਨ ਹੁੰਦਾ ਹੈ ਆਪਰੇਸ਼ਨ ਤੋਂ ਬਾਅਦ ਪੱਟੀ ਖੁੱਲਦੀ ਹੈ ਤੇ ਡਾਕਟਰ ਨੂੰ ਪਤਾ ਲੱਗ ਗਈ ਸਾਰੀ ਕਹਾਣੀ ਉਹ ਪੁੱਛਦਾ ਹੈ ਕਿ ਕੀ ਗੱਲ ਤੈਨੂੰ ਤੇਰੀ ਮਾਂ ਮਿਲਣ ਨਹੀਂ ਆਈ ਕਹਿੰਦਾ ਉਹਨੂੰ ਉਹਨੂੰ ਕੀ ਲੋੜ ਹੈ ਮੈਨੂੰ ਮਿਲਣ ਦੀ ਮਾਤਾ ਦੇ ਬਾਰੇ ਕੁਝ ਆਪਸ਼ਬਦ ਬੋਲਦਾ ਤੇ ਡਾਕਟਰ ਫਿਰ ਲਾਂਹ ਤਾਂ ਪਾਉਂਦਾ ਕਹਿੰਦਾ ਜਿਹੜੇ ਅੱਜ ਤੂੰ ਵੇਖਦਾ ਪਿਆ ਨਾ ਇਹ ਤੇਰੀ ਮਾਤਾ ਦਾ ਸਿਲਾ ਹੈ ਜਿੰਨੇ ਤੈਨੂੰ ਅੱਖਾਂ দান ਕੀਤੀਆਂ ਨੇ ਤੇ ਜਿਹਦੇ ਕਰਕੇ ਤੂੰ ਵੇਖਦਾ ਪਿਆ ਇੱਕ ਦਸਬੰਦ ਸਾਡੇ ਮਾਤਾ ਪਿਤਾ ਦੇ ਫਰਜ਼ਾਂ ਦੇ ਲਈ ਵੀ ਹੈ ਇੱਕ ਦਸਬੰਦ ਦਾ ਟਾਈਮ ਸਾਡੇ ਮਾਪੇ ਵੀ ਸਾਡੇ ਕੋਲ ਮੰਗਦੇ ਨੇ ਕਿ ਮੇਰੇ ਧੀਆਂ ਪੁੱਤਰ ਨੌ ਪੁੱਤ ਪੁਤਰੇ ਮੇਰੇ ਕੋਲ ਆ ਕੇ ਮੇਰਾ ਮੇਰੀਆਂ ਗੱਲਾਂ ਸੁਣ ਕਿਉਂਕਿ ਬਟਾਪੇ ਦੇ ਵਿੱਚ ਉਹ ਕੰਮ ਕੋਈ ਕਰ ਨਹੀਂ ਸਕਦੇ ਘਰ ਵਿੱਚ ਬੈਠੇ ਨੇ ਪਰੰਤੂ ਸਾਡੇ ਕੋਲ ਉਹਨਾਂ ਦੇ ਕੋਲ ਬੈਠਣ ਦਾ ਸਮਾਂ ਨਹੀਂ ਜਿਹੜਾ ਦਸਵੰਦ ਹੈ ਉਹ ਸਾਡੀਆਂ ਨੇਕ ਕਮਾਈਆਂ ਦੇ ਵਿੱਚੋਂ ਜੇਕਰ ਅਸੀਂ ਟੀਚਰ ਆ ਤੇ ਅਸੀਂ ਲੋੜਵੰਦ ਨੂੰ ਸਿੱਖਿਆ ਦੇ ਸਕਦੇ ਆ ਜਿਹੜੇ ਧਾਰਮਿਕ ਕਰਮ ਵੱਡੇ ਵੱਡੇ ਨਗਰ ਕੀਰਤਨ ਜਲੂਸਾਂ ਦੇ ਵਿੱਚ ਅਸੀਂ ਆਪਣਾ ਪੈਸਾ ਗਵਾ ਰਹੇ ਆ ਗੁਰੂ ਕੇ ਪਿਆਰਿਓ ਇੱਕ ਸਿੱਖ ਬੱਚਾ ਅਡਾਪਟ ਕਰਕੇ ਉਹਦੀ ਵਿਦਿਆ ਦਾ ਖਰਚਾ ਚੁਕਾਈਏ ਤਾਂ ਕਿ ਉਹ ਬੱਚੇ ਜਿਹੜੇ ਕਈ ਇਹੋ ਜਿਹੇ ਬੱਚੇ ਨੇ ਜਿਹੜੇ ਵਿਚਾਰੇ ਪੜਨ ਤੋਂ ਅਸਮਰੱਥ ਨੇ ਜੇ ਸਾਡੀ 10000 ਕਮਾਈ ਜਾਂ ਸਾਡੇ ਮਹੀਨੇ ਦੀ 20000 ਹੈ ਅਸੀਂ 12000 ਦਾ ਉਹਦਾ ਦਾ ਸੰਬੰਧ ਕੱਢ ਕੇ ਅਸੀਂ ਕਿਸੇ ਲੋੜਵਾਰ ਦੀ ਸਹਾਇਤਾ ਕਰੀਏ ਤਾਂ ਕਿ ਉਹ ਆਪਣੇ ਪੈਰਾਂ ਦੇ ਉੱਤੇ ਖੜਾ ਹੋ ਸਕੇ ਪ੍ਰਿੰਸੀਪਲ ਜੋਧ ਸਿੰਘ ਦਾ ਜੀਵਨ ਪੜੋ ਜੋ ਇੱਕ ਧਾਰਮਿਕ ਅਧਿਆਪਕ ਤੋਂ ਲੈ ਕੇ ਖਾਲਸਾ ਕਾਜ਼ ਅੰਮ੍ਰਿਤਸਰ ਦੇ ਟੀਚਰ ਪ੍ਰਿੰਸੀਪਲ ਬਣੇ ਪ੍ਰਿੰਸੀਪਲ ਤੋਂ ਪੰਜਾਬੀ ਯੂਨੀਵਰਸਿਟੀ ਜਿੱਥੇ ਤੁਸੀਂ ਕੋਰਸ ਕਰਦੇ ਪਏ ਹੋ ਉਹਦੇ ਪਹਿਲੇ ਵੀਸੀ ਪ੍ਰੋਫੈਸਰ ਜੋਧ ਸਿੰਘ ਸਨ ਉਹ ਕਹਿੰਦੇ ਕਿ ਮੈਂ 150 ਤੋਂ ਆਪਣਾ ਤਨਖਾਹ ਸ਼ੁਰੂ ਹੋਈ 150 ਰੁਪਏ ਤੋਂ ਉਹਦੇ ਵਿੱਚੋਂ 50 ਰੁਪਏ ਆਪਣੇ ਖਰਚੇ ਲਈ ਰੱਖਦੇ ਤੇ 100 ਰੁਪਏ ਦਸਵੰਦ ਵਿੱਚ ਪ੍ਰਿੰਸੀਪਲ ਬਣੇ 1100 ਰੁਪਏ ਤਨਖਾਹ ਹੋਗੀ 1100 ਦੇ ਵਿੱਚੋਂ ਜਿੰਨੇ ਪੈਸੇ ਉਹਨਾਂ ਨੇ ਲੋੜ ਲਈ ਚਾਹੀਦੇ ਸਨ ਉਹ ਆਪਣੇ ਕੋਲ ਰੱਖ ਲੈਂਦੇ ਤੇ ਜਿਹੜੇ ਬਾਕੀ ਸਨ ਉਹ ਗਰੀਬ ਵਿਦਿਆਰਥੀਆਂ ਦੇ ਵਿੱਚ ਵੰਡ ਦਿੰਦੇ ਉਹ ਲਿਖਦੇ ਨੇ ਕਿ ਜਦੋਂ ਮੈਂ ਵੀਸੀ ਬਣਿਆ ਮੇਰੀ ਤਨਖਾਹ ਹੋਗੀ 2200 ਤੇ ਉਹ ਕਹਿੰਦੇ ਕਿ ਮੈਂ ਆਪਣੇ ਪੁੱਤਰ ਨੂੰ ਪੁੱਛਿਆ ਕਿ ਮੈਂ ਜਦੋਂ ਖਾਲਸਾ ਗਾਜ ਦਾ ਪ੍ਰਿੰਸੀਪਲ ਸੀ ਅੰਮ੍ਰਿਤਸਰ ਦਾ ਤੇ ਮੇਰੀ ਤਨਖਾਹ 11-1200 ਹੀ ਤੇ ਮੇਰਾ ਉਹਦੇ ਨਾਲ ਵਧੀਆ ਗੁਜ਼ਾਰਾ ਹੁੰਦਾ ਸੀ 1000-1100 ਰੁਪਈਆ ਮੇਰੇ ਕੋਲ ਫालतू ਨੇ ਜੇਕਰ ਤੈਨੂੰ ਕੋਈ ਇਤਰਾਜ਼ ਨਹੀਂ ਤੇ ਮੈਂ ਇਹ ਗਰੀਬ ਵਿਦਿਆਰਥੀਆਂ ਦੇ ਵਿੱਚ ਆਪਣੇ ਦਸਵੰਧ ਦੇ ਵਜੋਂ ਦੇਣਾ ਚਾਹੁੰਦਾ ਤੇ ਜਿਹੜਾ ਪੁੱਤਰ ਸੀ ਉਸ ਸਮੇਂ ਡੀਸੀ ਸੀ ਨਾਮ ਉਹਦਾ ਸੁੰਦਰ ਸਿੰਘ ਸੀ ਉਹ ਕਹਿੰਦਾ ਵੀ ਪਿਤਾ ਜੀ ਇਹ ਤੁਹਾਡੀ ਦੇਣ ਹੈ ਜਿਨ੍ਹਾਂ ਨੇ ਮੈਨੂੰ ਜਪਜੀਤ ਦੀ ਗੁਰਤੀ ਦੇ ਕੇ ਗੋਰੀ ਇਤਿਹਾਸ ਤੇ ਗੁਰਮਤ ਫਲਸਫੇ ਦਾ ਜੀਵਨ ਬਖਸ਼ਿਆ ਮੈਂ ਇਹ ਕਿਵੇਂ ਇੱਤੇ ਕਿੰਤੂ ਪਰੰਤੂ ਕਰ ਸਕਦਾ ਤੇ ਉਹਨਾਂ ਦਾ ਜੀਵਨ ਪ੍ਰੋਫੈਸਰ ਸਾਹਿਬ ਸਿੰਘ ਨੇ ਜਿੰਨੀ تعلیم ਹਾਸਲ ਕੀਤੀ ਹੈ ਉਹ ਗੁਰਸਿੱਖਾਂ ਦੇ ਦਸਬੰਦ ਦੇ ਨਾਲ ਕੀਤੀ ਹੈ ਜਿੰਨੇ ਵੀ ਗੁਰਦੁਆਰੇ ਅੱਜ ਚੱਲਦੇ ਪੈ ਨੇ ਅਕਬਰ ਵਰਗਾ ਜਿਹੜਾ ਬਾਦਸ਼ਾਹ ਉਹ ਕਹਿੰਦਾ ਕਿ ਜ਼ਗੀਰ ਲੈ ਲੈ ਤੇ ਇਹਦੇ ਨਾਲ ਤੁਹਾਡਾ ਗੁਰੂ ਘਰ ਦਾ ਪਰਬੰਧ ਚੱਲੇਗਾ ਗੁਰੂ ਸਾਹਿਬ ਕਹਿੰਦੇ ਨੇ ਕਿ ਨਹੀਂ ਇਹ ਮੇਰੇ ਸਿੱਖਾਂ ਦੀ ਕਿਰਤ ਕਮਾਈ ਹੈ ਕਕੇ ਨੂੰ ਸਿਹਾਰੀ ਪਲਸ ਰਾਰਾ ਤੇ ਤੱਤਾ ਰਾਰਾ ਤੱਤਾ ਦਾ ਭਾਵ ਹੈ ਬਲੱਡ ਖੂਨ ਰਤ ਉਹ ਕਿਰਤ ਜਿਹੜੀ ਅਸੀਂ ਖੂਨ ਡੋਲ ਕੇ ਕਰਦੇ ਆ ਜੋ ਕਿਰਤ ਜਿਹਦੇ ਨਾਲ ਸਾਡਾ ਪਸੀਨਾ ਵਗਦਾ ਹੈ ਉਹ ਕਿਰਤ ਜਿਸ ਕਿਰਤ ਦੇ ਨਾਲ ਕੀਤਿਆ ਸਾਨੂੰ ਰਾਤ ਨੂੰ ਸੁੱਖ ਦੀ ਨੀਂਦ ਆਉਂਦੀ ਹੈ ਕਿਉਂਕਿ ਕਾਲੀ ਕਮਾਈ ਜਿਹੜੀ ਹੋਏਗੀ ਉਹ ਸਾਡਾ ਦਿਨ ਦਾ ਚੈਨ ਤੇ ਰਾਤ ਦੀ ਨੀਂਦ ਹਰਾਮ ਕਰ ਦਵੇਗੀ ਇਹ ਜਿਹੜੀ ਕਿਰਤ ਹੈ ਇਹ ਸਾਨੂੰ ਸਾਡੇ ਪਰਮ ਬ੍ਰਹਮ ਦੇ ਦਰਸ਼ਨ ਕਰਾਉਂਦੀ ਹੈ ਕਿ ਉਸ ਪਰਮਾਤਮਾ ਨੇ ਸਾਨੂੰ ਇਸ ਇਹ ਸਰੀਰ ਦੇ ਕੇ ਇਸ ਸੰਸਾਰ ਦੇ ਵਿੱਚ ਆਪਾ ਸਵਾਰਨ ਤੇ ਜਿਹੜਾ ਨਾਲ ਸਾਡਾ ਚੁਗਿਰਦਾ ਉਹਨੂੰ ਸਵਾਰਨ ਦੇ ਲਈ ਇੱਥੇ भेਜਿਆ ਹੋਇਆ ਤੇ ਇਹ ਜਿਹੜਾ ਆਪਾ ਸਵਾਰਨਾ ਪਰਮਾਤਮਾ ਬਖਸ਼ਿਸ਼ ਕਰਦਾ ਇਸ ਦੁਨੀਆ ਦੇ ਵਿੱਚ ਮੀਂਹ ਪੈਂਦਾ ਜਦੋਂ ਮੀਂਹ ਪੈਂਦਾ ਤੇ ਜਿਹੜਾ ਮੀਂਹ ਦਾ ਪਾਣੀ ਹੈ ਉਹਨੂੰ ਨਦੀਆਂ ਨਾਲੇ ਸੰਭਾਲਦੇ ਨੇ ਉਹਨਾਂ ਦੇ ਕਿਨਾਰੇ ਬਣੇ ਹੋਏ ਨੇ ਕਿਨਾਰਿਆਂ ਦੇ ਵਿੱਚ ਨਦੀ ਵਗਦੀ ਪਈ ਹੈ ਪਾਣੀ ਜਾ ਰਿਹਾ ਤੇ ਉਹ ਇੱਕ ਪ੍ਰਬੰਧ ਦੇ ਵਿੱਚ ਹੈ ਥੋੜਾ ਜਿਹਾ ਧਿਆਨ ਦੇਣਾ ਜੇਕਰ ਨਦੀਆਂ ਦੇ ਕਿਨਾਰੇ ਤੋੜ ਦਈਏ ਜਿਹੜੇ ਸਾਗਰ ਨੇ ਉਹਨਾਂ ਦਾ ਜਿਹੜਾ ਚੁਗਿਰਦਾ ਹੈ ਉਹ ਢਾ ਦਈਏ ਤੇ ਜਦੋਂ ਉਹ ਪਾਣੀ ਆਵੇਗਾ ਤੇ ਮਨੁੱਖਤਾ ਦੀ ਤਬਾਈ ਹੋਏਗੀ ਜਿਹੜੀ ਇਹ ਮਾਇਆ ਸਾਡੇ ਜੀਵਨ ਦੇ ਵਿੱਚ ਆਉਂਦੀ ਹੈ ਜੇਕਰ ਇਹਨੂੰ ਨਦੀ ਦੇ ਵਾਂਗ ਅਸੀਂ ਬੰਨ ਦੇਵਾਂਗੇ ਤੇ ਇਹ ਸਾਡੀ ਸਾਥ ਨ ਹੋਏਗੀ ਨਹੀਂ ਤੇ ਮਾਇਆ ਹੋਈ ਨ ਹੋਏ 나ਗਣੀ ਜਗਤ ਰਹੀ ਲਪਟਾਏ ਨਹੀਂ ਤੇ ਇਹ 나ਗਣੀ ਹੋ ਕੇ ਸਾਨੂੰ ਦੱਸਦੀ ਰਹੇਗੀ ਸਾਡੇ ਕਰ ਵੈਸੇ ਗੁਰਸਿੱਖਾਂ ਦੀ ਇਹ ਜਿਹੜੀ ਇੱਕ ਗੁਣ ਹੈ ਕਿ ਅਸੀਂ ਜੇਕਰ ਬਸ ਦੇ ਵਿੱਚ ਸਫ਼ਰ ਕਰੀਏ ਪਾਵੇਂ ਹਵਾਈ ਜਹਾਜ਼ ਦੇ ਵਿੱਚ ਕਰੀ ਅਸੀਂ ਜੇਕਰ ਕੁਝ ਖਾਣ ਲੱਗਦੇ ਆ ਕਿ ਪ੍ਰਮਾਤਮਾ ਦੀ ਇਹ ਕਿਰਪਾ ਹੈ ਕਿ ਸਾਡੇ ਨਾਲ ਜਿਹੜਾ ਵੀ ਕੋਈ ਸੰਗੀ ਸਾਥੀ ਬੈਠਾ ਸੀ ਉਹਨੂੰ ਭਾਵੇਂ ਝੱਕਦੇ ਹੋਏ ਪੁੱਛੀਏ ਇੱਕ ਵਾਰ ਜ਼ਰੂਰ ਪੁੱਛਾਂਗੇ ਜੀ ਤੁਸੀਂ ਲਓਗੇ ਇਹ ਜਿਹੜੀ ਕਿਰਤ ਕਮਾਈ ਹੈ ਇਹ ਜੋ ਅਸੀਂ ਅੱਜ ਵਰਤਦੇ ਪਏ ਆ ਜਾਂ ਸਾਡੇ ਵਿੱਚ ਜਿਹੜੇ ਚੰਗੇ ਸਦਗੁਣ ਨੇ ਜਿਹੜੇ ਚੰਗੇ ਗੁਣ ਨੇ ਇਹ ਸਾਡੇ ਵਿਰਸੇ ਦੇ ਵਿੱਚੋਂ ਮਿਲੇ ਨੇ ਕਿਉਂਕਿ ਜਿਹੜੀ ਪ੍ਰਤਿਭਾ ਜਿਹੜੀ ਚੰਗੀ ਸੋਚ ਹੈ ਉਹ ਸਾਨੂੰ ਸਾਡੇ ਖੂਨ ਵਿੱਚੋਂ ਨਹੀਂ ਸਾਨੂੰ ਸਾਡੇ ਵਿਰਸੇ ਵਿੱਚੋਂ ਮਿਲਦੀ ਹੈ ਸਾਨੂੰ ਸਾਡੀ ਸਭਿਤਾ ਦੇ ਵਿੱਚੋਂ ਮਿਲਦੀ ਹੈ ਕਿ ਜਿਹੜੀ ਸਾਡੀ ਸਭਿਤਾ ਹੈ ਉਹ ਸਾਨੂੰ ਕੀ ਸਿਖਾ ਰਹੀ ਹੈ ਅੱਜ ਜੇਕਰ ਜਨਗਣਨਾ ਹੁੰਦੀ ਹੈ ਹਿੰਦੁਸਤਾਨ ਦੀ ਤੇ ਉਹਦੇ ਵਿੱਚ ਪਿੰਡੂ ਵਰਗ ਦੇ ਵਿੱਚ ਖਾਸ ਕਰਕੇ ਸ਼ਹਿਰਾਂ ਦੀ ਗੱਲ ਮੈਂ ਨਹੀਂ ਕਰਨ ਲੱਗੀ ਪਿੰਡਾਂ ਦੇ ਵਿੱਚ ਅੱਜ ਵੀ 35 ਤੋਂ 45% ਬੀਬੀਆਂ ਤੇ ਜਿਹੜੇ ਵੀਰ ਨੇ ਜਿਨ੍ਹਾਂ ਦੀ ਉਮਰ 40 ਸਾਲ ਤੋਂ ਉੱਪਰ ਹੈ ਉਹ ਅਨਪੜ੍ਹ ਹੈ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੇ ਵਿੱਚ ਖਾਲਸਾ ਪੰਥ ਦੀ ਸਾਜਣਾ ਕੀਤੀ ਹੈ ਤੇ ਮੈਂ ਤੁਹਾਨੂੰ ਪੁੱਛਣ ਲੱਗੀ ਹਾਂ ਜਾਂ ਤੁਹਾਡੇ ਨਾਲ ਗੱਲ ਕਰਨ ਲੱਗੀ ਹਾਂ ਕਿ ਪੰਜ ਪਿਆਰਿਆਂ ਨੇ ਪੰਜ ਬਾਣੀਆਂ ਪੜੀਆਂ ਨੇ ਉਹਨਾਂ ਨੇ ਕਿਸੇ ਗੁਟਕੇ ਦੀ ਜਾਂ ਕਿਸੇ ਰਿਕਾਰਡਿੰਗ ਦੀ ਵਰਤੋਂ ਕੀਤੀ ਹੈ ਉਹ ਪੰਜ ਬਾਣੀਆਂ ਪੜ ਸਕਦੇ ਸਨ ਉਹ ਪੰਜ ਪਾਣੀਆਂ ਦਾ ਉਹਨਾਂ ਨੂੰ ਜ਼ੁਬਾਨੀ ਜਾਦ ਸਨ ਕਿਉਂਕਿ ਅਮਰਤ ਛਕਉਣ ਲੱਗੀਆਂ ਕਿਸੇ ਗੁਟਕੇ ਦੀ ਕਿਸੇ ਪੋਥੀ ਦੀ ਕਿ ਜਿੱਥੇ ਉੱਤੇ ਬਾਣੀ ਅੰਕਿਤ ਹੈ ਉਸ ਕਿਸੇ ਸਾਧਨ ਦੀ ਵਰਤੋਂ ਨਹੀਂ ਹੁੰਦੀ ਕਿਉਂਕਿ ਜ਼ੁਬਾਨੀ ਸਿੰਘ ਪਾਜਾਪ ਕਰਦੇ ਨੇ ਤੇ ਉਹਨਾਂ ਦੀ ਨਿਗਾ ਅਮਰਤ ਦੇ ਬਾਟੇ ਦੇ ਹੁੰਦੀ ਹੈ 1690 ਤੱਕ ਅਸੀਂ ਅਨਪੜ ਨਹੀਂ ਸੀ ਸਿੱਖ ਪੜਿਆ ਲਿਖਿਆ ਸੀ ਅੱਜ 2013 ਦਾ ਵਿਗਿਆਨਿਕ ਯੁੱਗ ਚੱਲਦਾ ਪਿਆ ਹੈ ਤੇ ਅੱਜ ਅਸੀਂ ਪਛੜ ਕਿਵੇਂ ਗਏ ਅਸੀਂ ਅੱਜ ਵਿਦਿਆ ਦੇ ਪੱਧਰ ਤੋਂ ਪਿੱਛੇ ਕਿਵੇਂ ਰਹਿ ਗਏ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਬ ਦੇ ਵਿੱਚ ਖੁਦ ਪਾਠਸ਼ਾਲਾ ਕਾਇਮ ਕੀਤੀ ਹੈ ਅਸੀਂ ਸ਼ਬਦ ਬੋਲਦੇ ਹਾਂ ਗੁਰਮੁਖੀ ਗੁਰਦਮ ਮਤਲਬ ਹੈ ਗੁਰੂ ਮੁਖੀ ਦਾ ਪਾਵੇ ਮੁਖ ਜਿਹੜੀ ਗੁਰੂ ਦੇ ਮੁਖ ਤੋਂ ਨਿਕਲੀ ਹੋਈ ਬੋਲੀ ਹੈ ਉਹਨੂੰ ਗੁਰਮੁਖੀ ਬੋਲਦੇ ਹਾਂ ਇਹ ਜਿਹੜੀ ਗੁਰਮੁਖੀ ਹੈ ਜੇਕਰ ਤੁਸੀਂ ਵਿਦਿਆ ਦੇ ਜਾਂ ਭਾਸ਼ਾ ਦੇ ਬਾਰੇ ਥੋੜਾ ਜਿਹਾ ਜਾਣਦੇ ਹੋ ਤੇ ਪੰਜਾਬੀ ਭਾਸ਼ਾ ਉਹ ਹੈ ਜੇਡ ਨੇ ਸਾਰੀਆਂ ਪਛਾਹਮਾਂ ਨੂੰ ਆਪਣੀ ਬੁੱਕਲ ਦੇ ਵਿੱਚ ਲਿਆ ਹੈ ਭਾਸ਼ਾ ਪੰਜਾਬੀ ਦੀ ਐਮੀ ਕਰੋਗੇ ਐਮਏ ਕਰੋ ਜਾਂ ਗਿਆਨੀ ਕਰੋ ਜਾਂ ਪੰਜਾਬੀ ਲੈਂਗੁਏਜਸ ਦੇ ਬਾਰੇ ਪੜੋ ਅੰਗਰੇਜ਼ੀ ਦੇ ਸ਼ਬਦ ਸਾਡੀ ਭਾਸ਼ਾ ਦੇ ਵਿੱਚ ਮੌਜੂਦ ਨੇ ਸਭਿ ਸਭਿ ਤੇ ਨੇੜੇ ਜਾ ਕੇ ਕੋਈ ਭਾਸ਼ਾ ਹੈ ਤਾਂ ਉਹ ਪੰਜਾਬੀ ਹੈ ਇਹ ਜਿਹੜੀ ਪੰਜਾਬੀ ਸਾਡੀ ਭਾਸ਼ਾ ਹੈ ਅਸੀਂ ਉਸ ਨੂੰ ਆਪਣੇ ਸਕੂਲਾਂ ਵਿੱਚੋਂ ਤੇ ਆਪਣੇ ਘਰਾਂ ਵਿੱਚੋਂ ਕੱਢ ਕੇ ਬਾਹਰ ਰੱਖ ਦਿੱਤਾ ਇੱਕ ਜਿਹੜੇ ਹੋਏ ਨੇ ਆਚਾਰੀਆ ਸਵਾਮੀ ਦਯਾਨੰਦ ਉਹ ਜਦੋਂ ਪੰਜਾਬ ਵਿੱਚ ਗਏ ਨੇ ਤੇ ਜਦੋਂ ਆਪਣੇ ਧਰਮ ਦਾ ਉਹਨਾਂ ਨੇ ਆਗਾਜ਼ ਕੀਤਾ ਤੇ ਉਹਨਾਂ ਨੇ ਹਿੰਦੂਆਂ ਦੇ ਘਰਾਂ ਦੇ ਵਿੱਚ ਜਪਜੀ ਤੇ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਵੇਖਿਆ ਉਹ ਇਹ ਗੱਲ ਪੁੱਛਦਾ ਹੈ ਕਿ ਇਹ ਇਹ ਕਿਉਂ ਸਿੱਖ ਧਰਮ ਦੇ ਨਾਲ ਜੁੜੀਆਂ ਹੋਈਆਂ ਨੇ ਔਰਤਾਂ ਤੇ ਉਹਨੂੰ ਪਤਾ ਲੱਗਦਾ ਹੈ ਕਿ ਜਪਜੀਤ ਤੇ ਸੁਖਮਨੀ ਸਾਹਿਬ ਦਾ ਪਾਠ ਕਰਦੀਆਂ ਨੇ ਉਹ ਕਹਿੰਦਾ ਇਹਨਾਂ ਦੇ ਘਰਾਂ ਦੇ ਵਿੱਚੋਂ ਗੁਟਕੇ ਚਕਾਓਗੇ ਤੇ ਫਿਰ ਇਹਦੇ ਵਿੱਚ ਅਸੀਂ ਆਪਣੇ ਧਰਮ ਦਾ ਜਿਹੜਾ ਵਿਕਾਸ ਹੈ ਉਹ ਕਰ ਸਕਦੀਆਂ ਕਿ ਗੁਰਮੁਖੀ ਜਾਂ ਪੰਜਾਬੀ ਬੋਲੀ ਸਾਡੇ ਜਿਹੜੇ ਵੱਡੇ ਸਨ ਉਹ ਮਾਣ ਦੇ ਨਾਲ ਕਿਉਂਕਿ ਜੇਕਰ ਇਹਦੀ ਲੋੜ ਨਾ ਹੁੰਦੀ ਤੇ ਗੁਰੂ ਅੰਗਦ ਦੇਵ ਜੀ ਇਸ ਲਿਪੀ ਦਾ ਨਿਰਮਾਣ ਨਾ ਕਰਦੇ ਪਰੰਤੂ ਅਸੀਂ ਅੱਜ ਜਿਹੜੇ ਪੰਜਾਬੀ ਆ ਅਸੀਂ ਆਪਣੇ ਘਰ ਦੇ ਵਿੱਚ ਇੱਕ ਨੌਕਰ ਰੱਖਿਆ ਨੇਪਾਲੀ ਜਾਂ ਭਈਆ ਪੰਜਾਬ ਦੇ ਵਿੱਚ ਬਿਹਾਰ ਦੇ ਜੂਪੀ ਦੇ ਭਈਏ ਜਾਂਦੇ ਨੇ ਜਿਨ੍ਹਾਂ ਨੂੰ ਕਮਾਈ ਕਰਨ ਦੇ ਲਈ ਕਿਰਤ ਕਰਨ ਦੇ ਲਈ ਰੱਖਿਆ ਜਾਂਦਾ ਇੱਕ ਪਰਿਵਾਰ ਦੇ ਵਿੱਚ 4 ਤੋਂ 10 ਮੈਂਬਰ ਨੇ ਉਹ 4 ਤੋਂ 10 ਮੈਂਬਰ ਜਿਹੜੇ ਨੇ ਇੱਕ ਭਈਏ ਨੂੰ ਪੰਜਾਬੀ ਨਹੀਂ ਸਿਖਾ ਸਕੀ ਜਿਹੜਾ ਇੱਕ ਭਈਆ ਉਹ ਸਾਰਿਆਂ ਨੂੰ ਹਿੰਦੀ ਸਿਖਾ ਦਿੰਦਾ ਅਸੀਂ ਕਿਸੇ ਦੇ ਨਾਲ ਜਦੋਂ ਗੱਲ ਕਰ ਤੁਸੀਂ ਗੁਜਰਾਤੀ ਦੇ ਨਾਲ ਗੱਲ ਕਰੋ ਮਰਦੇ ਮਰਜੋਗੇ ਤੁਸੀਂ ਹਿੰਦੀ ਪੰਜਾਬੀ ਚ ਗੱਲ ਕਰੋ ਤੁਹਾਡੇ ਨਾਲ ਪੰਜਾਬੀ ਨਹੀਂ ਬੋਲੇਗਾ ਤੁਸੀਂ ਹਿੰਦੀ ਚ ਗੱਲ ਕਰੋ ਤੁਹਾਡੇ ਨਾਲ ਗੁਜਰਾਤੀ ਭਾਸ਼ਾ ਤੋਂ ਟਸ ਤੋਂ ਮਸ ਨਹੀਂ ਹੋਏਗਾ ਕਦੀ ਆਪਣੀ ਮਾਂ ਬੋਲੀ ਗੁਜਰਾਤੀ ਤੇ ਮਹਾਰਾਸ਼ਟਰ ਜਿੱਥੇ ਮਰਜੀ ਬੈਠੇ ਹੋਣ ਜਾਂ ਸਾਡੇ ਵਰਗੇ ਵਿੱਚ ਬਹਿ ਜਾਣਾ ਗੁਜਰਾਤੀ ਭਾਸ਼ਾ ਤੇ ਮਹਾਰਾਸ਼ਟਰ ਦੋਵੇਂ ਬੋਲਦੇ ਨੇ ਇਹ ਜਿਹੜੀਆਂ ਪਛਾਵਾਂ ਨੇ ਇਹ ਜਿਹੜਾ ਸਾਡਾ ਦਸਵੰਦ ਹੈ ਹਰ ਇੱਕ ਸਿੱਖ ਨੂੰ ਤਾਂ ਗੀਤ ਹੈ ਕਿ ਉਹਨੇ ਆਪਣੀ ਕਮਾਈ ਦੇ ਵਿੱਚੋਂ ਦਸਵੰਦ ਕੱਢਣਾ ਤੇ ਉਹਨੂੰ ਸਿੱਖਾਂ ਦੇ ਨਮਿੱਤ ਵਰਤਣਾ ਜਿੱਥੇ ਲੋੜ ਪੈਂਦੀ ਹੈ ਪਰ ਅੰਤਪ੍ਰੰਤੂ ਅੱਜ ਸਾਡਾ ਜੰਮਣਾ ਤੇ ਸਾਡਾ ਵਿਆਹਣਾ ਤੇ ਸਾਡਾ ਮਰਨਾ ਜੋ ਗੁਰੂ ਸਾਹਿਬ ਨੇ ਸਾਨੂੰ ਸੰਸਕਾਰ ਦਿੱਤੇ ਸੀ ਅਸੀਂ ਚਾਰਾਂ ਸੰਸਕਾਰਾਂ ਤੋਂ ਲਾਂਬੇ ਹੋ ਗਏ ਜਦੋਂ ਜੰਮਦਾ ਹੈ ਬੱਚਾ ਅਸੀਂ ਲੱਖਾਂ ਰੁਪਈਆ ਖਰਚ ਕਰ ਦਿੰਨੇ ਆ ਵਿਆਹ ਦੇ ਸਮੇਂ 5 ਲੱਖ ਤੋਂ ਲੈ ਕੇ 5 ਕਰੋੜ ਤੱਕ ਸਾਡਾ ਜਿਹੜਾ ਵਿਆਹ ਉਹ ਪਹੁੰਚ ਚੁੱਕਾ ਹੈ ਪਰ ਉਸ 5 ਲੱਖ ਜਾਂ 5 ਕਰੋੜ ਦੇ ਵਿੱਚੋਂ ਸਾਡੇ ਧੀ ਜਾਂ ਪੁੱਤਰ ਦੇ ਹਿੱਸੇ ਕਿੰਨਾ ਆਉਂਦਾ ਅਸੀਂ ਰਿਸ਼ਤੇਦਾਰਾਂ ਨੂੰ ਖੁਸ਼ ਕਰਨ ਦੇ ਵਿੱਚ ਆਪਣਾ ਨੱਕ ਵੱਡਾ ਕਰਨ ਵਾਲੇ ਪਾਸੇ ਲੱਗੇ ਰਹਿੰਦੇ ਆ ਤੇ ਜਿਹੜੀ ਆਪਣੀ ਕਿਰਤ ਕਮਾਈ ਦੀ ਪੂੰਜੀ ਹੈ ਉਹ ਉਹਨਾਂ ਵਿਆਹਾਂ ਦੇ ਵਿੱਚ ਉਜਾੜ ਦਿੰਨੇ ਆ ਕਿਉਂਕਿ ਸਾਡਕੋ ਆਪਣੀ ਧੀ ਜਾਂ ਆਪਣੇ ਪੁੱਤਰ ਨੂੰ ਦੇਣ ਦੇ ਲਈ ਪਿੱਛੇ ਕੁਝ ਬਚਦਾ ਨਹੀਂ ਪਰ ਵਿਆਹ ਜਿਹੜਾ ਹੈ ਉਹ ਚਾਰ ਲਾਵਾਂ ਨੇ ਸਾਡੇ ਜਿਹੜੇ ਗੋੜ੍ਹੇ ਸਥਾਨ ਨੇ ਸਾਡੇ ਗੁਰਦੁਆਰੇ ਨੇ ਉਹ 40 ਸਾਲ ਨੇ ਉਹ ਸਾਡੀਆਂ ਟਕਸਾਲਾ ਨੇ ਜਿੱਥੇ ਸਿੱਖ ਦਾ ਜਨਮ ਤੋਂ ਲੈ ਕੇ ਮਰਨ ਤੱਕ ਦਾ ਸਬੰਧ ਹੈ ਇੱਕ ਸਿੱਖ ਦਾ ਬੱਚਾ ਹੁੰਦਾ ਉਹਦੀ ਅਰਦਾਸ ਕਿੱਥੇ ਹੁੰਦੀ ਸ਼ੁਕਰਾਨੇ ਦੀ ਗੁਰਦੁਆਰੇ ਇੱਕ ਸਿੱਖ ਦੇ ਬੱਚੇ ਦਾ ਵਿਆਹ ਹੈ ਵਿਆਹ ਕਿੱਥੇ ਹੁੰਦਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਪੜ੍ਹ ਕੇ ਚਾਰ ਪ੍ਰਕਰਮਾ ਗੁਰੂ ਗ੍ਰੰਥ ਸਾਹਿਬ ਦੀਆਂ ਹੁੰਦੀਆਂ ਨੇ ਇੱਕ ਸਿੱਖ ਮਰਦਾ ਉਹਦੇ ਲਈ ਸੋਹਿਲਾ ਪਾਠ ਤੇ ਅਰਦਾਸ ਕੀਤੀ ਜਾਂਦੀ ਹੈ ਤੇ ਅਲਾਣੀਆਂ ਜਾਂ ਸੱਦ ਬਾਣੀ ਦਾ ਪਾਠ ਜਾ ਕੇ ਗੁਰਦੁਆਰੇ ਹੁੰਦਾ ਹੈ ਪੈਲਸ ਜਿਹੜਾ ਸੱਭਿਆਚਾਰ ਹੈ ਰਿਜ਼ੈਂਟ ਜਿਹੜਾ ਰਿਜ਼ੋਰਟ ਆਗੇ ਨੇ ਸਾਡੇ ਸਮਾਜ ਦੇ ਵਿੱਚ ਉਹਨਾਂ ਜਿਹੜਾ ਸਾਡੇ ਗੁਰਦੁਆਰੇ ਬਣਾਏ ਸਨ ਇਹ ਸਿੱਖਾਂ ਦੇ ਕਾਰਬਿਹਾਰ ਦੇ ਲਈ ਬਣਾਏ ਸਨ ਮੈਂ ਖੁਦ ਵੇਖਦੀ ਰਹੀ ਆ ਕਿ ਸਾਡੇ ਪਿੰਡ ਵਿੱਚ ਜਦੋਂ ਕਿਸੇ ਦੀ ਬਰਾਤ ਆਉਂਦੀ ਸੀ ਉਹਦਾ ਟੁਕਾ ਗੁਰਦੁਆਰੇ ਹੁੰਦਾ ਸੀ ਗੁਰਦੁਆਰੇ ਵਿੱਚ ਸਵਾਗਤ ਹੁੰਦਾ ਸੀ ਗੁਰਦੁਆਰੇ ਦਾ ਭਾਈ ਗੁਰਦੁਆਰੇ ਖੜਾ ਅਰਦਾਸ ਕਰਦਾ ਸੀ ਫਿਰ ਅੱਗੇ ਜਾ ਕੇ ਚਾਹ ਪਾਣੀ ਪਿਲਾ ਕੇ ਉਹਨਾਂ ਦਾ ਆਨੰਦ ਕਾਰਜ ਹੁੰਦਾ ਸੀ ਗੁਰਦੁਆਰੇ ਦੇ ਵਿੱਚ ਕੋਈ ਮਾੜੀ ਕੁਰੀਤੀ ਪਰਵੇਸ਼ ਨਹੀਂ ਕਰ ਸਕਦੀ ਅੱਜ ਮਾਫ ਕਰਨਾ ਸਾਡੇ ਵਿਆਹ ਕੋਈ ਇਹੋ 2 ਜਾਂ 1% ਪਰਿਵਾਰ ਹੋਣਗੇ ਜਿਨ੍ਹਾਂ ਦੇ ਵਿੱਚ ਸ਼ਰਾਬ ਦੀ ਵਰਤੋਂ ਨਹੀਂ ਹੁੰਦੀ ਅਸੀਂ ਆਪਣੀ ਕਮਾਈ ਗੁਰੂ ਸਾਹਿਬ ਨੇ ਕਿਹਾ ਕਿ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਿਤ ਖਾਦੇ ਤਨ ਪੀੜਿਏ ਮਨ ਵਿੱਚ ਚਲੇ ਵਿਕਾਰ ਬਰਾਤ ਦਾ ਪ੍ਰਵੇਸ਼ ਹੋਇਆ ਭਾਈ ਸਾਹਿਬ ਨੇ ਅਰਦਾਸ ਕੀਤੀ ਹੈ ਤੇ ਅੱਗੇ ਜਾ ਕੇ ਸ਼ਰਾਬ ਵਾਲੇ ਜਿਹੜੇ ਬੋਤਲਾਂ ਫੜ ਕੇ ਬਰਾਤ ਦਾ ਸਵਾਗਤ ਕਰਨ ਲਈ ਖੜੇ ਨੇ ਇੱਥੇ ਸਾਡਾ ਸਿੱਖ ਫਲਸਫਾ ਕਿੱਥੇ ਗਿਆ ਜਿਹੜੀ ਰਹਿਤ ਮਰਿਆਦਾ ਦੇ ਵਿੱਚ ਇਹ ਗੱਲ ਲਿਖੀ ਹੈ ਕਿ ਸਿੱਖ ਦਾ ਆਨੰਦ ਕਾਰਜ ਸ਼ਾਪ ਤੋਂ ਬਿਨਾਂ ਨਹੀਂ ਹੋ ਸਕਦਾ ਗੱਲ ਲਾਵਾਂ ਦੀ ਹੈ ਮੇਰੇ ਇੱਕ ਸਹਿपाठी ਨੇ ਮੇਰੇ ਨਾਲ ਪੜ੍ਹੇ ਨੇ ਪ੍ਰੋਫੈਸਰ ਗੁਰਮੇਲ ਸਿੰਘ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਲੈਕਚਰਾਰ ਨੇ ਗੁਰਸਿੱਖ ਜਿਵੇਂ ਜੀਵਨ ਵਾਲੇ ਨੇ 2005-06 ਦੇ ਵਿੱਚ ਉਹਨਾਂ ਦਾ ਵਿਆਹ ਹੋਇਆ ਖਰਚਾ ਪਤਾ ਕਿੰਨਾ ਲੱਗਾ ਕੇਵਲ ਤੇ ਕੇਵਲ 3500 ਰੁਪਇਆ ਉਹਦੇ ਵਿੱਚੋਂ ਵੀ 2000 ਰੁਪਏ ਜਿਹੜਾ ਸੀ ਗੱਡੀ ਵਾਲੇ ਨੇ ਲੈ ਲਿਆ ਇੱਕ ਸੂਟ ਸਵਾਇਆ ਗੁਰੂ ਤੇ ਪਿਆਰਿਓ ਕੜਾ ਪ੍ਰਸ਼ਾਦ ਦੀ ਦੇਗ ਦੇ ਵਿੱਚ 4-500 ਤੋਂ ਰੁਪਏ ਤੋਂ ਉੱਪਰ ਨਹੀਂ ਲੱਗਦਾ ਤੇ ਜਿਸ ਪਿਤਾ ਨੇ ਆਪਣੀ ਧੀ ਲਾਡਾਂ ਦੇ ਨਾਲ ਪਾਲੀ ਐ ਉਹਦਾ ਹੱਥ ਸਾਡੇ ਹੱਥ ਵਿੱਚ ਫੜਾ ਰਿਹਾ ਤੇ ਉਹਦੇ ਵਾਸਤੇ ਜੇਕਰ ਸਾਡੇ ਘਰ ਵਿੱਚ ਇੱਕ ਕਮੰਜਾ ਤੇ ਇੱਕ ਬਿਸਤਰਾ ਨਹੀਂ ਤੇ ਅਸੀਂ ਆਪਣੇ ਪੁੱਤਰ ਦਾ ਵਿਆਹ ਹੀ ਕਿਉਂ ਕਰਨ ਲੱਗੇ ਆ ਅਸੀਂ ਉਹਨਾਂ ਨੂੰ ਜੰਮਿਆ ਹੀ ਕਿਉਂ ਹੈ ਜੇਕਰ ਅਸੀਂ ਉਹਨਾਂ ਨੂੰ ਦੋ ਵਕਤ ਦੀ ਰੋਟੀ ਇੱਕ ਪਿਓ ਆਪਣੇ ਧੀ ਨੂੰ ਪੁੱਤਰ ਨਾਲੋਂ ਜ਼ਿਆਦਾ ਵੱਧ ਕੇ ਪਿਆਰ ਕਰਦਾ ਤੇ ਧੀयां ਪੁੱਤਰਾਂ ਨਾਲੋਂ ਵੱਧ ਸਤਿਕਾਰ ਆਪਣੇ ਮਾਪਿਓ ਦਾ ਕਰਦੀਆਂ ਤੇ ਜਦੋਂ ਪਿਓ ਦੇ ਪਿਆਰ ਵਿੱਚ ਕੋਈ ਕੰਡਾ ਵੱਜਦਾ ਪੁੱਤਰ ਨਾਲੋਂ ਜ਼ਿਆਦਾ ਤਕਲੀਫ ਧੀ ਨੂੰ ਹੁੰਦੀ ਹੈ ਤੇ ਉਹ ਧੀਾਂ ਜਦੋਂ ਅਸੀਂ ਵਿਆਹ ਕੇ ਲਿਆਉਂਦੇ ਆ ਤੇ ਉਸੇ ਉਦੋਂ ਅਸੀਂ ਜੋ ਨਾ ਨਾ ਦੁਰਵਿਹਾਰ ਕਰਦੇ ਆ ਇਹਦਾ ਕਾਰਨ ਹੈ ਕਿ ਅਸੀਂ ਆਪਣੇ ਗੁਰੂ ਦੇ ਜੋ ਸਿਧਾਂਤ ਹੈ ਉਹਦੇ ਨਾਲੋਂ ਪਛੜੇ ਆ ਤੇ ਜਿਵੇਂ ਜਿਵੇਂ ਅਸੀਂ ਗੁਰਬਾਣੀ ਤੋਂ ਦੂਰ ਜਾਵਾਂਗੇ ᱛਿਵੇਂ ᱛਿਵੇਂ ਅਸੀਂ ਆਪਣੇ ਸਮਾਜ ਤੋਂ ਆਪਣੇ ਫਰਜ਼ਾਂ ਤੋਂ ਦੂਰ ਹਟਾਂਗੇ ਜੋ ਗੁਰੂ ਸਾਹਿਬ ਗੁਰੂ ਸਤਗੁਰੂ ਦਾ ਗੁਰ ਗੁਰਸਿਕ ਮੀਤ ਚਲੋ ਗੁਰ ਚਾਲੀ ਇਹ ਗੁਰੂ ਦੇ ਸਿੱਖੋ ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲੋ ਇਹ ਜਿਹੜੀ ਦਸਵੰਦ ਦੀ ਮਰਿਆਦਾ ਹੈ ਇਹ ਭੁੱਖਿਆਂ ਦੇ ਮੂੰਹ ਵਿੱਚ ਰੋਟੀ ਪਾਉਣ ਵਾਲੀ ਹੈ ਕਿਸ ਜੁੱਤ ਦੇ ਘਰ ਦੀ ਛੱਤ ਨਹੀਂ ਉਹਦੇ ਸਿਰ ਦੇ ਉੱਤੇ ਛੱਤ ਪਾਉਣ ਦੇ ਲਈ ਇਸ ਮਾਇਆ ਵਰਤੋ ਜਿਨੇ ਇਹ ਕੁਝ ਭਿਖਾਰੀ ਜਾਂ ਮੰਗਤੇ ਨੇ ਉਹਨਾਂ ਨੂੰ ਹੱਥ ਬਖਸ਼ੇ ਨੇ ਜੇਕਰ ਮੇਰ ਕੋਈ ਭਿਖਾਰੀ ਪੀਖ ਮੰਗੇ ਤਾਂ ਮੈਂ ਦਿੰਦੀ ਨਹੀਂ ਹੁੰਦੀ ਮੇਰਾ ਅੱਗੋਂ ਜੋ ਉਹਨਾਂ ਨੂੰ ਮੈਂ ਬੋਲਦੀ ਆ ਕਿ ਦੋ ਹੱਥ ਦਿੱਤੇ ਨੇ ਉਹਨਾਂ ਨੂੰ ਵਰਤੋ ਉਹਨਾਂ ਦੇ ਨਾਲ ਆਪਣੀ ਰੋਜ਼ਗਾਰ ਕਮਾਓ ਆਪ ਵੀ ਖਾਓ ਤੇ ਦੂਜਿਆਂ ਨੂੰ ਵੀ ਖਵਾਓ ਗੁਰੂ ਸਾਹਿਬ ਜੀ ਨੇ ਚੂੜ ਕਾਣੇ ਦੇ ਸਥਾਨ ਦੇ ਉੱਤੇ ਇੱਕ ਜਿਹੜਾ ਹੈ ਸੱਚਾ ਸੌਦਾ ਕੀਤਾ ਸੀ ਉਸ ਸੱਚੇ ਸੌਦੇ ਤੋਂ ਸ਼ੁਰੂ ਹੋ ਕੇ ਦਸਮ ਪਾਤਸ਼ਾਹ ਜੀ ਤੱਕ ਜਿਨ੍ਹਾਂ ਜੀਵਨ ਦਾ ਉਹਨਾਂ ਦਾ ਫਲਸਫਾ ਮਿਲਦਾ ਉਹ ਸਾਨੂੰ ਕਿਰਤ ਦੇ ਨਾਲ ਜੋੜਦਾ ਹੋਇਆ ਜਿਹੜਾ ਕਿਰਤੀ ਹੈ ਉਹ ਗੁਰਦੁਆਰੇ ਜਾਏਗਾ ਗੁਰਦੁਆਰੇ ਜਾ ਕੇ ਸੇਵਾ ਕਮਾਈ ਕਰੇਗਾ ਸਤ ਸੰਗਤ ਕਰੇਗਾ ਉਹਦੇ ਅੰਦਰ ਨਾਮ ਦਾ ਬੀਜ ਬੀਜੇਗਾ ਤੇ ਜਿਹਦੇ ਅੰਦਰ ਨਾਮ ਦਾ ਵਾਸਾ ਹੋਏਗਾ ਉਹ ਆਪਣੇ ਹੱਥ ਆਪਣੇ ਹੱਥੀ ਅਕਲੀ ਸਾਹਿਬ ਸੇਵੀ ਹੈ ਅਕਲੀ ਪਾਈ ਹੈ ਮਾਨ ਅਕਲੀ ਪਰਕੇ ਬੂਜੀ ਹੈ ਅਕਲੀ ਕੀਚੇ ਦਾਨ ਜਦੋਂ ਉਹ ਪ੍ਰਮਾਤਮਾ ਨੂੰ ਜਾਣ ਲਵੇਗਾ ਇੱਕ ਸਿੱਖ ਦੇ ਕੋਲ ਦੋ ਰੋਟੀਆਂ ਨੇ ਇੱਕ ਲਾਗੇ ਭੁੱਖਾ ਬੈਠਾ ਸਾਡਾ ਇਤਿਹਾਸ ਜਾ ਸਾਡਾ ਗੁਰਮਤ ਫਲਸਫਾ ਇਸ ਗੱਲ ਦੀ ਗਵਾਹੀ ਭਰਦਾ ਕਿ ਉਹ ਜਿਹੜਾ ਰੋਟੀ ਰੋਜੀ ਹੈ ਆਪ ਭਾਵੇਂ ਖਾਵੇ ਨਾ ਖਾਵੇ ਦੂਜੇ ਨੂੰ ਦਵੇਗਾ ਤੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਜਿੱਥੇ ਲੋੜ ਹੈ ਖਾਸ ਕਰ ਕਿਸੇ ਨੂੰ ਪੜਾਉਣ ਦਾ ਜਿਹੜਾ ਫਲ ਹੈ ਜੋ ਪੜਾਉਣ ਦਾ ਜਿਹੜਾ ਹੁਕਮ ਹੈ ਗੁਰੂ ਸਾਹਿਬ ਦਾ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਵੈਸੇ ਪੁੰਨ ਜਾਂ ਪਾਪ ਨੂੰ ਸਾਡਾ ਫਲਸਫਾ ਨਹੀਂ ਮੰਨਦਾ ਪਰ ਸਮਾਜ ਦੀ ਭਲਾਈ ਦੇ ਲਈ ਕਿਸੇ ਗੁਰਸਿੱਖ ਬੱਚੇ ਜਾਂ ਬੱਚੀ ਦੀ ਬਾਹ ਫੜ ਕੇ ਉਹਨੂੰ ਵਿਦਿਆ ਤੇ ਪੱਧਰ ਤੇ ਉੱਚਾ ਚੁੱਕੋ ਉਹ ਬੱਚਾ ساری ਉਮਰ ਤੁਹਾਡਾ ਤੇ ਸਾਡੇ ਸਿੱਖੀ ਦਾ ਸਾਡੇ ਸਿੱਖ ਧਰਮ ਦਾ ਐਸਾਨਮੰਦ ਰਹੇਗਾ ਕਿ ਜਦੋਂ ਮੈਨੂੰ ਸਾਰੇ ਪਾਸਿਆਂ ਤੋਂ ਕਿਸੇ ਨੇ ਮੇਰੀ ਬਾਹ ਨਹੀਂ ਸੀ ਫੜੀ ਉਦੋਂ ਗੁਰਨਾਨਕ ਦੇ ਘਰ ਨੇ ਮੈਨੂੰ ਆਪਣੀ ਹਿੱਕ ਨਾਲ ਲਾਇਆ ਸੀ ਸੋ ਇੰਨੀਆਂ ਕਿ ਵਿਚਾਰਾ ਕਰਦੀ ਹੋਈ ਭਾਈ ਸਾਹਮਣੇ ਜਿੰਨਾ ਸਮਾਂ ਦਿੱਤਾ ਸੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜਿਵੇਂ ਮੈਂ ਸਟਾਰਟਿੰਗ ਵਿੱਚ ਕਿਹਾ ਸੀ ਕਿ ਤੁਹਾਡੀ ਸੰਗਤ ਕਰਕੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਮੈ ਉਹ ਆਨੰਦ ਮਿਲਦਾ ਜਿਸ ਨੂੰ ਮੈਂ ਬਿਆਨ ਨਹੀਂ ਕਰ ਸਕਦੀ ਤੇ ਆਪ ਜੀ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੇ ਜੋ ਵਿਚਾਰ ਸਨ ਔਰ ਸੁਣੇ ਨੇ ਤੇ ਭਾਈ ਸਾਹਿਬ ਦੀ ਦਾ ਇੱਕ ਵਾਰ ਫਿਰ ਤੋਂ ਧੰਨਵਾਦ ਕਿ ਇਹਨਾਂ ਨੇ ਦੂਜੀ ਵਾਰ ਮੇਰਾ ਅਜਦਾ ਆਪਜੀ ਦੇ ਨਾਲ ਜਰਾ ਲੈਕਚਰ ਹੈ ਕਰਵਾਇਆ ਭੁੱਲਾਂ ਚੁੱਕਾਂ ਦੀ ਖਿਮਾ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੰਨਵਾਦ ਪ੍ਰੋਫੈਸਰ ਮਨਜੀਤ ਕੌਰ ਜੀ ਦਸਵੰਤ ਦੀ ਗੱਲ ਹੋ ਰਹੀ ਸੀ ਔਰ ਉਸ ਵਿੱਚ ਪ੍ਰੋਫੈਸਰ ਸਾਹਿਬ ਨੇ ਕਿਰਤ ਦੀ ਵੀ ਗੱਲ ਕੀਤੀ ਔਰ ਵਿਦਿਆ ਦੀ ਵੀ ਗੱਲ ਆ ਗਈ ਵਿੱਚ ਫਿਰ ਸਾਡੇ ਵਿਆਹ ਵਿਆਹਾਂ ਦੇ ਵਿੱਚ ਜੋ ਕੁਝ ਹੁੰਦਾ ਉਹਦੀ ਵੀ ਗੱਲ ਕੀਤੀ। ਵੈਸੇ ਸਾਡੇ ਅਜੇ ਲੈਕਚਰ ਕੀਰਤ ਤੇ ਵੀ ਹੈ, ਇੱਕ ਅਲੱਗ ਲੈਕਚਰ, ਇੱਕ ਆਨੰਦਕਾਰਜ ਜੀਵਨ ਸੰਦੇਸ਼ ਉਹਦੇ ਵੀ ਲੈਕਚਰ ਹੈ। ਵਿੱਦਿਆ ਦੇ ਉੱਤੇ ਵੀ ਅਜਦਾ ਕਨਸੈਪਟ ਆਫ ਐਜੂਕੇਸ਼ਨ ਇਨ ਗੁਰੂਗੰਸਾਹਿਬ ਇੱਕ ਉਹ ਵੀ ਲੈਕਚਰ ਅਜੇ ਆਣੇ ਨੇ। ਉਹਨਾਂ ਵਿੱਚ ਅਸੀਂ ਡਿਟੇਲ ਵਿੱਚ ਗੱਲ ਕਰਾਂਗੇ। ਮੇਰਾ ਸਿਰਫ ਕਹਿਣਾ ਇੰਨਾ ਹੈ ਕਿ ਵੱਡੇ ਲੋਕ ਵੱਡੀਆਂ ਰੂਹਾਂ ਜਿਹੜੀਆਂ ਨੇ ਉਹ ਸਾਨੂੰ ਬੜੀ ਵਾਰ ਇਸ਼ਾਰਿਆਂ ਵਿੱਚ ਗੱਲਾਂ ਦੱਸ ਦਿਆ ਨੇ ਇਹ ਆਪਣੀ ਲਿਆਕਤ ਔਰ ਆਪਣੀ ਸਮਝਦਾਰੀ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਕਿੰਨਾ ਕੁਸ ਦੇ ਇਸ਼ਾਰਿਆਂ ਨੂੰ ਔਰ ਜਿਹੜੇ ਹਿਡਨ ਮੈਸੇਜ ਨੇ ਅਸੀਂ ਉਹਨਾਂ ਨੂੰ ਸਮਝ ਪਾਵਾਂਗੇ ਗੱਲ ਜਦੋਂ ਵਿਦਿਆ ਦੀ ਕਰਦੇ ਨੇ ਤੇ ਦਸਵੇਂ ਪਾਤਸ਼ਾਹ ਨੇ ਤਾਂ ਪੰਜ ਸਿੱਖਾਂ ਆਪਣੇ ਬ੍ਰਾਹਮਣਾ ਕੋਲ ਭੇਜੇ ਸੀ ਨਿਰਮਲੇ ਜਿੱਦੇ ਤੋਂ ਨਿਕਲੇ ਕੇ ਜਾਓ ਵੇਦਾਂ ਦੀ ਵੀ এডਿਕੇਸ਼ਨ ਲੈ ਕੇ ਆਓ ਕਿੰਨਾ ਵੱਡਾ ਵਿਜ਼ਨ ਸੀ ਦਸਵੇਂ ਪਾਤਸ਼ਾਹ ਜੀ ਉਹ ਇੱਕ ਬਹੁਤ ਹੀ ਸ਼ਾਨਦਾਰ ਜਿਹੜਾ ਹਿਡਨ ਮੈਸੇਜ ਕੌਮੀ ਤੌਰ ਤੇ ਸਾਨੂੰ ਮਿਲਿਆ ਬੜੀ ਵਾਰ ਇਸ ਗੱਲ ਦੇ ਉੱਤੇ ਜਦੋਂ ਅਸੀਂ ਵਾਰ-ਵਾਰ ਕਹਿੰਨੇ ਆ ਕਿ ਗੁਰਬਾਣੀ ਨੂੰ ਪੜ੍ਹਨਾ ਚਾਹੀਦਾ ਹੈ ਉਸ ਨੂੰ ਸਮਝਣਾ ਚਾਹੀਦਾ ਹੈ ਔਰ ਜਿਹੜਾ ਉਹ ਬਿਹਾਈਂਡ ਦੀ ਲਾਈਨ ਕੀ ਮੈਸੇਜ ਕੀ ਹੈ ਤਾਂ ਗੁਰੂ ਸਾਹਿਬ ਦੀ ਬੜੀ ਜੰਗਾਂ ਦੀ ਗੱਲ ਹੁੰਦੀ ਹੈ ਕਿ ਗੁਰੂ ਸਾਹਿਬ ਦਾ ਮੁਗਲਾਂ ਨਾਲ ਜੰਗ ਹੋਏ ਬੜੇ ਨੁਕਸਾਨ ਵੀ ਹੋਏ ਸਰੀਰਕ ਤੌਰ ਤੇ ਵੀ ਨੁਕਸਾਨ ਹੋਏ ਪਰ ਅਖੀਰ ਵਿੱਚ ਕਹਿੰਦੇ ਨੇ ਕਿ ਦਸਵੇਂ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਇੱਕ ਚਿੱਠੀ ਲਿਖੀ ਸੀ ਜਿਹਨੂੰ ਅਸੀਂ ਜ਼ਫਰਨਾਮਾ ਵੀ ਕਹਿੰਦੇ ਆ ਉਰਦ ਔਰੰਗਜ਼ੇਬ ਨੇ ਉਹ ਚਿੱਠੀ ਪੜ੍ਹ ਕੇ ਗੁਰੂ ਸਾਹਿਬ ਨੂੰ ਆਪਣੇ ਕੋਲ ਇਨਵਾਈਟ ਕੀਤਾ ਸੀ ਕਿ ਤੁਸੀਂ ਮੇਰ ਕੋਲ ਆਓ ਮੈਂ ਤੁਹਾਨੂੰ ਮਿਲਣਾ ਚਾਹਨਾ ਤਾਂ ਸਿਆਣੇ ਕਹਿੰਦੇ ਨੇ ਕਿ ਜੋ ਕਮ ਤਲਵਾਰ ਨਹੀਂ ਕਰ ਸਕੀ ਉਹ ਕਲਮ ਕਰ ਗਈ ਉਹ ਵਿਜ਼ਨ ਕਰ ਗਿਆ ਉਹ ਜਿਹੜੀ ਵਿਦਿਆ ਦੀ ਗੱਲ ਕਰਦੇ ਆਂ ਸੀ ਔਰ ਜੋ 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 ਵਿਚਾਰ ਦੀ ਗੱਲ ਹੁਣ ਅੱਜ ਚਿੰਤਨ ਇਹ ਹੀ ਕਰਨਾ ਹੈ ਕਿ ਜੋ ਉਹ ਜੋ ਕੇ ਸਮੇਂ ਵਿੱਚ ਸਾਨੂੰ ਜਿਹੜੀ ਦਸ਼ਵੰਤ ਦੀ ਸਹੀ ਸਹੀ ਵਰਤੋਂ ਇਹ ਕਿਵੇਂ ਹੋਵੇ ਇਹਦੀ ਦੁਰਵਰਤੋਂ ਨਾ ਹੋਵੇ ਬੈਂਜੀ ਨੇ ਯਹੂਦੀਆਂ ਦਾ ਇਤਿਹਾਸ ਦੱਸਿਆ 2700 ਸਾਲ ਮਾਰਖਾਨ ਤੋਂ ਬਾਅਦ ਉਹਨਾਂ ਨੇ ਆਪਣਾ ਦੇਸ਼ ਬਣਾਇਆ ਤਾਂ ਉਹਨਾਂ ਦੇ ਇੱਕ ਬੜਾ ਵੱਡਾ ਸਾਇੰਟਿਸਟ ਹੋਇਆ ਉਸਨੇ ਕੈਮੀਕਲ ਇਜ਼ਾਦ ਕੀਤਾ ਸੀ ਉਹਦਾ ਨਾਂ ਸੀ ਐਸੀਟੋਨ ਔਰ ਉਹ ਇੱਕ ਐਸਾ ਕੈਮੀਕਲ ਸੀ ਜਿਸ ਕੈਮੀਕਲ ਦੇ ਨਾਲ ਜਿਹੜੇ ਵੈਪਨਸ ਸੀ ਉਹਨਾਂ ਦੀ ਜਿਹੜੀ ਜਿਹੜੀ ਉਹਦੀ ਸਟਰੈਂਥ ਸੀ ਵੈਪਨਸ ਦੀ ਉਹ 10 ਗੁਣਾ 15 ਗੁਣਾ ਵੱਧ ਜਾਂਦੀ ਸੀ ਤੇ ਯੂਰੋਪੀਅਨ ਕੰਟਰੀਜ਼ ਨੇ ਉਹ ਜਿਹੜਾ ਕੈਮੀਕਲ ਹੈ ਉਹਨਾਂ ਤੋਂ ਮੰਗਿਆ ਤੇ ਉਸ ਬੰਦੇ ਨੇ ਸ਼ਰਤ ਰੱਖ ਦਿੱਤੀ ਕਿ ਪਹਿਲੇ ਮੇਰੇ ਦੇਸ਼ ਨੂੰ ਤੁਸੀਂ ਰੈਕੋਗਨਾਈਜ਼ ਕਰੋ ਤੇ ਮੈਂ ਤੁਹਾਨੂੰ ਇਹ ਐਸੀਟੋਨ ਦੇਵਾਂਗਾ ਔਰ ਸਭ ਤੋਂ ਪਹਿਲੇ ਯੂਰੋਪੀਅਨ ਮੁਲਕਾਂ ਨੇ ਇਜ਼ਰਾਈਲ ਨਾਂ ਦੇ ਜਿਹੜੇ ਛੋਟਾ ਦੇਸ਼ ਹੋਂਦ ਵਿੱਚ ਆਇਆ ਉਹ ਐਸੀਟੋਨ ਲਿਆ ਤੇ ਉਹਨਾਂ ਨੇ ਮੈਂ ਦੱਸਣਾ ਚਾਹ ਰਿਹਾ ਕਿ ਇਹ ਕੌਮੀ ਕਰੈਕਟਰ ਕੀ ਸੀਗੇ ਕਿ ਉਹਨਾਂ ਉਸਨੇ ਐਸੀਟੋਨ ਦੇ ਕੇ ਆਪਣੇ ਦੇਸ਼ ਨੂੰ ਆਜ਼ਾਦ ਕਰਵਾਇਆ ਔਰ ਉੱਥੇ ਐਸੀ ਇੰਸਟੀਚੂਨਾਂ ਬਣੀਆਂ ਜਿਹੜੀ ਇਹ ਗੱਲ ਕਰ ਰਹੀ ਸੀ ਯਹੋਵਾ ਦਾ ਮੰਦਿਰ ਬਣਾਣਾ 40 ਰੁਪਏ ਯਹੂਦੀਆਂ ਨੇ ਇਕੱਠੇ ਕਰਕੇ ਦਿੱਤੇ ਕਿ ਕੈਸਾ ਮੰਦਿਰ ਬਣਾਓ ਕਿ ਦੁਨੀਆ ਆਸ਼ੀਸ਼ ਕਰ ਜਾਵੇ ਕਿ ਜੈਕੋਇਕੋਮ ਹੈ ਤਾਂ ਯਹੂਦੀ ਐ ਤੇ ਉਹਨਾਂ ਦਾ ਜਿਹੜਾ ਹੈੱਡ ਸੀ ਜਿਹੜਾ ਧਰਮ ਗੁਰੂ ਸੀ ਉਹ ਬਹੁਤ ਸਿਆਣਾ ਸੀ ਉਸ ਨੇ ਇਹ ਕਿਹਾ ਕਿ ਤੁਸੀਂ ਇੱਥੇ ਐਸੀਆਂ ਸੰਸਥਾਵਾਂ ਬਣਾਓ ਜਿਸ ਵਿੱਚ ਹਰ ਬੱਚੇ ਨੂੰ ਨੌਜਵਾਨ ਨੂੰ ਆਪਣੀ ਬੋਲੀ ਆਪਣੇ ਸੱਭਿਆਚਾਰ ਆਪਣੇ ਧਰਮ ਦੀ ਔਰ ਵਿਦਿਆ ਪ੍ਰਤੀ ਜਾਣਕਾਰੀ ਹੋਵੇ ਤਾਂ ਉਸ ਦਾ ਨਤੀਜਾ ਅੱਜ ਹੈ ਕਿ ਇਜ਼ਰਾਈਲ ਦੇ ਵਿੱਚ ਰਹਿੰਦੇ ਯਹੂਦੀ ਹਰ ਵਾਰ ਦੋ ਹੀ ਅਤੇ ਨੋਬਲ ਪ੍ਰਾਈਜ਼ ਯਹੂਦੀਆਂ ਦੇ ਆਂਦੇ ਨੇ ਉੱਥੇ ਕੋਈ ਅਨਪੜ ਨਹੀਂ ਹੈ ਔਰ ਕੋਈ ਕੋਈ ਜੋ ਹੈ ਬੇਰੋਜ਼ਗਾਰ ਨਹੀਂ ਹੈ ਤਾਂ ਇਹ ਵਿਜ਼ਨ ਦੀਆਂ ਔਰ ਇਹ ਜਿਹੜੀਆਂ ਸਾਰੀਆਂ ਕਿ ਸਿਰਫ ਇੱਕ ਦਸਵੰਤ ਕਾ ਨਾਲ ਇੱਕ ਉਹਨਾਂ ਦੇ ਜਿਹੜੀ ਕੌਮ ਨੇ দান ਦਿੱਤਾ ਜਿਹੜੀ ਭਾਈ ਗੁਰਦਾਸ ਦੀ ਲਾਈਨ ਇਹਨਾਂ ਨੇ ਭੈਂਜੀ ਨੇ ਦੱਸੀ ਹੈ ਤਾਂ ਇਹ ਅੱਜ ਅਸੀਂ ਜਿਹੜਾ ਦਸਵੰਤ ਵਰਗਾ ਜਿਹੜਾ ਇਤਨਾ ਵੱਡਾ ਕਨਸੈਪਟ ਗੁਰੂਆਂ ਨੇ ਸਾਨੂੰ ਦਿੱਤਾ ਔਰ ਇੰਨਾ ਕੀਮਤੀ ਤੇ ਵੱਡਾ ਵਿਰਸਾ ਹੁੰਦੇ ਹੋਏ ਵੀ ਅੱਜ ਥੋੜਾ ਜਿਹਾ ਆਪਾਂ ਸੈਲਫ ਰਿਅਲਾਈਜੇਸ਼ਨ ਕਰੀਏ ਕਿ ਅਸੀਂ ਹਾਂ ਕਿੱਥੇ ਅਸੀਂ ਕਰ ਕੀ ਰਹੇ ਹਾਂ ਗੁਰਦੁਆਰਿਆਂ ਦੀ ਗੱਲ ਹੋ ਗਈ ਮੈਂ ਵਾਰ-ਵਾਰ ਕਹਿੰਨਾ ਗੁਰਦੁਆਰੇ ਸਾਡੇ ਸਪਿਰਚੁਅਲ ਕਾਲਜ ਸੀ ਅਸੀਂ ਗੁਰਦੁਆਰਿਆਂ ਨੂੰ ਬਣਾ ਕੀ ਦਿੱਤਾ ਸੋਨੇ 에어 ਕੰਡੀਸ਼ਨ ਸਾੜਾ ਤਾਂ ਆਪਣਾ ਵਕਾਰ ਔਰ ਆਪਣੀ ਚਰਿੱਤਰ ਨੂੰ ਦੀ ਸਾਖ ਬਣਾਉਣ ਲਈ ਸਾਨੂੰ ਅੱਜ ਆਪਣੇ ਜਿਹੜੇ ਇਹ ਕਨਸੈਪਟ ਨੇ ਦਸ਼ਮੰਤ ਵਰਗੇ ਕਨਸੈਪਟ ਇਹਨਾਂ ਦੀ ਸਹੀ ਵਰਤੋਂ ਕਰਨਾ ਸਿੱਖੀਏ ਉਹ ਕਿਸੇ بڑے ਸਭ ਸਿਆਣੇ ਬੰਦੇ ਨੇ ਕਿਹਾ ਸੀ ਨਾ ਕਿ ਜ਼ਰੂਰਤ ਸਿਰਫ ਗਿਆਨ ਪ੍ਰਾਪਤ ਕਰਨ ਦੀ ਨਹੀਂ ਹੈ ਜਿਹੜੀ ਵੱਡੀ ਜ਼ਰੂਰਤ ਹੈ ਉਹ ਅਗਿਆਨਤਾ ਤਿਆਗਣ ਦੀ ਹੈ ਜਿਹੜੀਆਂ ਅਗਿਆਨਤਾਵਾਂ ਜਿਹੜੀਆਂ ਜਿਹੜੇ ਵਹਿਮ ਕਰਮकांड ਸਾਡੇ ਵਿੱਚ ਆ ਚੁੱਕੇ ਨੇ ਉਹ ਸਾਨੂੰ ਤਿਆਗਨੇ ਪੈਣਗੇ ਨਵੇਂ ਜ਼ਮਾਨੇ ਨੂੰ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਫਰਜ਼ ਉਹਨਾਂ ਦੇ ਅਧਿਕਾਰ ਇਹ ਸਾਨੂੰ ਦੱਸਨੇ ਪੈਣਗੇ ਔਰ ਜੇ ਸਿੱਖ ਸਿਧਾਂਤਾਂ ਬਾਰੇ ਅਸੀਂ ਸੁਚੇਤ ਨਹੀਂ ਕਰਾਂਗੇ ਤਾਂ ਕਿੱਥੇ ਨਾ ਕਿੱਥੇ ਜੋ ਹਾਲਾਤ ਨੇ ਹੋਰ ਵਿਗੜਦੇ ਜਾਣਗੇ ਅੱਜ ਦੇ ਇਸ ਦੌਰ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਹਾਂ ਦਸਵੰਤ ਦੀ ਜਿਹੜੀ ਦੁਰਵਰਤੋਂ ਅਸੀਂ ਆਮ ਦੇਖਦੇ ਆ ਹੁਣ ਸੋਚਣਾ ਸਿਰਫ ਇਹ ਐ ਇੱਕ ਬੜੀ ਸਿਆਣੀ ਲਾਈਨ ਸੀ ਕਹਿੰਦੇ ਨੇ ਨਾ ਕਿ ਤੂੰ ਰੋਟੀ ਕਿਉਂ ਖਾਣਾ ਜਿਹੜੀ ਤੂੰ ਜ਼ਰੂਰਤਮੰਦ ਨਾਲ ਵੰਡੇ ਨਹੀਂ ਇਹ ਇੱਕ ਦਸਵੰਤ ਦੀ ਉਚਾਈ ਐ ਤਾਂ ਅੱਜ ਸਾਨੂੰ ਜਿੱਥੇ ਦਸਵੰਤ ਮਨੀ ਜਾਂ ਪੈਸੇ ਦੇ ਰੂਪ ਵਿੱਚ ਦੇਣਾ ਹੈ ਉੱਥੇ ਸਾਨੂੰ ਅਕਲ ਦਾ ਸਮਝ ਦਾ ਰਸੂਖ ਦਾ ਵੀ ਦਸਵੰਤ ਦੇਣਾ ਹੈ ਸਹਿਜ ਦਾ ਆਪਣੇ ਪ੍ਰੇਮ ਦਾ ਆਪਣੇ ਪਿਆਰ ਦਾ ਇਹ ਦਸਵੰਤ ਸਾਨੂੰ ਦੇਣ ਦੀ ਜਿਹੜੀ ਹੈ ਇਹ ਵੀ ਜਾਚ ਸਿੱਖਣੀ ਪਏਗੀ ਅੱਜ ਬੜੀ ਵੱਡੀ ਬੜੀ ਵੱਡੀ ਸਮਾਜਿਕ ਤੌਰ ਦੇ ਵਿੱਚ ਬੜੀ ਪ੍ਰੋਬਲਮ ਹੈ ਜਿਹੜੀ ਮੈਂ ਅਕਸਰ ਕਹਿੰਨਾ ਕਿ ਬੱਚੇ ਮਾਤਾ ਪਿਤਾ ਦਾ ਆਪਣੇ ਬਜ਼ੁਰਗਾਂ ਦਾ ਖਿਆਲ ਨਹੀਂ ਰੱਖ ਰਹੇ بڑے بڑے ਵੱਡੇ ਬਜ਼ੁਰਗ ਬੜੇ ਬਜ਼ੁਰਗ ਘਰਾਂ ਦੇ ਵਿੱਚ ਨੇ ਜਿਨ੍ਹਾਂ ਕੋਲ ਤਰਸ ਰਹੇ ਨੇ ਕਿ ਬੱਚੇ ਸਾਡੇ ਕੋਲ ਬੈਠਦੇ ਨਹੀਂ ਆਪਣੇ ਸਮੇਂ ਦਾ ਦਸਵੰਤ ਦਿਓ ਆਪਣੇ ਟਾਈਮ ਦਾ ਦਸਵੰਤ ਦਿਓ ਥੋੜਾ ਬੈਠ ਹੋਰ ਦੇ ਨਾਲ ਉਹਨਾਂ ਦੇ ਦੁੱਖ ਸੁੱਖ ਸੁਣੋ ਉਹਨਾਂ ਦੇ ਵਿਚਾਰ ਸੁਣੋ ਉਹਨਾਂ ਦੀਆਂ ਗੱਲਾਂ ਸੁਣੋ ਔਰ ਮੈਂ ਅਕਸਰ ਕਹਿੰਨਾ ਇਹ ਸਾਡੇ ਬਜ਼ੁਰਗ ਸਾਡੇ ਜਿਹੜੇ ਮਾਤਾ ਪਿਤਾ ਨੇ ਇਹ ਐਂਟੀਕ ਨੇ ਅਸੀਂ ਐਂਟੀਕ ਸੰਭਾਲ ਕੇ ਆਪਣੇ ਸ਼ੌਕ ਇਸਾਂ ਚ ਲਗਾਣੇ ਆ ਜਿੰਦਾ ਜਗ ਦੇ ਐਂਟੀਕ ਸਾਡੇ ਕੋਲ ਨੇ ਉਹਨਾਂ ਕੋਲੋਂ ਜਿਹੜੇ ਜਿਹੜੀਆਂ ਉਹ ਪੁਰਾਣੀਆਂ ਪਰੰਪਰਾਵਾਂ ਨੇ ਪੁਰਾਣੇ ਜਿਹੜੇ ਸਾਡੇ ਵੈਲਿਊ ਸਿਸਟਮ ਨੇ ਸਾਨੂੰ ਉਹ ਜ਼ਰੂਰ ਸਮਝਦੇ ਪੈਣਗੇ ਸ਼ਰਦਾ ਔਰ ਜਜ਼ਬਾਤਾਂ ਦੀਆਂ ਅੱਖਾਂ ਬੰਦ ਕਰਕੇ ਅਕਲ ਤੇ ਸਿਆਣਪ ਦੀਆਂ ਅੱਖਾਂ ਖੋਲ੍ਹিয়ে ਉਹਦੀ ਵਰਤੋਂ ਕਰੀਏ ਬੱਚਿਆਂ ਨੌਜਵਾਨਾਂ ਨੂੰ ਅਗਰ ਜ਼ਮਾਨੇ ਨਾਲ ਚਲਾਣਾ ਹੈ ਤਾਂ ਆਪਣੀ ਆਈਡਿਓਲੋਜੀ ਦੇਣੀ ਬਹੁਤ-ਬਹੁਤ ਜ਼ਰੂਰੀ ਹੈ ਤਾਂ ਅੱਜ ਦਾ ਲੈਕਚਰ ਦਸਵੰਦਾ ਇਹ ਹੈ ਜੀ ਹੁਣ ਟੀ ਬ੍ਰੇਕ ਹੈ ਟੀ ਬ੍ਰੇਕ ਤੋਂ ਬਾਅਦ ਅਸੀਂ ਫਿਰ